साइको स्पिरिचुअल काउंसलर है ना, साइकोलॉजी ते स्पिरिचुअलिटी, ये दो में इकट्ठे किद्दां हो गए? क्योंकि मतलब दो में अलग अलग चीजा ने जो आम सी जिंदगी दे विच देख, बॉडी माइंड एंड सोल आप हमेशा देखते ना, इन तिना का अलाइनमेंट दे विच होना बहुत जरूरी है। ते जदों भी अलाइनमेंट गड़बड़ाती है ਤੁਸੀਂ ਸਾਈਕੋਲੋਜੀਕਲ ਟੈਕਨੀਕਸ ਦਾ ਵੀ ਸਹਾਰਾ ਲੈ ਸਕਦੇ ਹੋ ਤੇ ਸਪਿਰਚੁਅਲ ਟੈਕਨੀਕਸ ਦਾ ਵੀ। ਕਿ ਕੋਈ ਪ੍ਰੋਬਲਮ ਆ ਗਈ ਜਾਂ ਕੋਈ ਟੈਨਸ਼ਨ ਆ ਗਈ ਤੇ ਅਸੀਂ ਮਤਲਬ ਗੁਰਦੁਆਰੇ ਮੰਦਿਰ ਮਸਜਿਦ ਉੱਥੇ ਚਲੇ ਜਾਂਦੇ ਆ, ਸਾਨੂੰ ਸ਼ਾਂਤੀ ਮਿਲਦੀ ਆ। ਮਤਲਬ ਉਸ ਚੀਜ਼ ਨੂੰ ਅਸੀਂ ਰਿਲੇਟ ਕਿੱਦਾਂ ਕਰਾਂਗੇ, ਅਲਾਈਨਮੈਂਟ ਕਿੱਦਾਂ ਹੋਏਗੀ? ਸਪਿਰਚੁਅਲਿਟੀ ਜਿਹੜੀ ਹੈ ਨਾ ਉਹ ਐਕਚੁਅਲੀ ਕਿਸੇ ਬਾਕਸ 'ਚ ਨਹੀਂ ਹੈਗੀ। ਭਾਵੇਂ ਤੁਸੀਂ ਧਾਰਮਿਕ ਹੋ ਜਾਂ ਨਹੀਂ ਹੋ, ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਧਰਮ ਨੂੰ ਨਹੀਂ ਮੰਨਦੇ, ਫਿਰ ਵੀ ਉਹ ਸਪਿਰਚੁਅਲ ਹੋ ਸਕਦੇ ਨੇ। ਕਿੱਦਾਂ? ਸਪਿਰਚੁਅਲਿਟੀ ਬੇਸਿਕਲੀ ਉਸ ਪਾਵਰ ਦੇ ਨਾਲ ਇੱਕਮਿਕ ਹੋਣ ਦਾ ਨਾਂ ਹੈ ਜਿਹੜੀ ਦ ਸੁਪਰ ਪਾਵਰ ਹੈ। ਤੁਹਾਡੇ ਪਾਸਟ 'ਚ ਜੇ ਕੋਈ ਇਹੋ ਜਿਹੀ ਚੀਜ਼ ਹੋਈ ਹੈ ਜਿਹਨੇ ਤੁਹਾਡੇ ਮਨ 'ਤੇ ਬਹੁਤ ਗਹਿਰਾ ਪ੍ਰਭਾਵ ਛੱਡਿਆ, ਫੋਰ ਐਗਜ਼ਾਮਪਲ ਕੋਈ ਇਨਸਾਨ ਆਪਣੇ ਬਚਪਨ 'ਚ ਜੇ ਬਹੁਤ ਬੁਰੇ ਕਿਸੇ ਟਰੋਮਾ ਤੋਂ ਗੁਜ਼ਰਿਆ, ਉਹ ਇੰਨਾ ਡੀਪ ਹੋ ਜਾਂਦਾ ਕਿ ਤੁਹਾਡੀ ਸੋਲ ਤੱਕ ਚਲਾ ਜਾਂਦਾ। ਕਈ ਵਾਰੀ ਆਪਾਂ ਕਹਿੰਦੇ ਨੇ ਕਿ ਇਸ ਚੀਜ਼ ਨੇ ਮੇਰੀ ਆਤਮਾ ਝੰਜੋੜ ਦਿੱਤੀ, ਮਤਲਬ ਉਹ ਇੱਕ ਲੈਵਲ ਡਾਊਨ ਚਲਾ ਗਿਆ। ਸਾਈਕੋਲੋਜੀ ਦੇ ਨਾਲ ਰਿਲੇਟਡ ਕੁਝ ਆ ਜਾਂਦਾ ਤਾਂ ਅਸੀਂ ਸਾਈਕੈਟ੍ਰਿਸਟ ਦੇ ਕੋਲ ਜਾਂਦੇ ਹਾਂ ਨਾ, ਤੇ ਸਾਈਕੋ ਸਪਿਰਚੁਅਲ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਬਾਰੇ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਹਾਂ ਇੱਥੇ ਨੇ? ਸਾਈਕੈਟ੍ਰਿਸਟ ਨੇ ਉਹ ਮੈਡੀਕਲ ਸਾਇੰਸ ਦਾ ਵੀ ਸਹਾਰਾ ਲੈਂਦੇ ਨੇ, ਉਹ ਮੈਡੀਸਿਨਸ ਦਾ ਵੀ ਸਹਾਰਾ ਲੈਂਦੇ ਨੇ। ਜਦੋਂ ਗੱਲ ਆ ਜਾਂਦੀ ਹੈ ਕਾਉਂਸਲਿੰਗ ਦੀ ਤਾਂ ਉੱਥੇ ਸਿਰਫ ਗੱਲ ਕਰਕੇ ਜਾਂ ਕੁਛ ਟੈਕਨੀਕਸ ਦੇ ਨਾਲ ਜਾਂ ਕੁਛ ਯੂ ਨੋ ਐਕਸ਼ਨੇਬਲ ਐਕਸਰਸਾਈਜ਼ ਦੇ ਨਾਲ ਚੀਜ਼ਾਂ ਨੂੰ ਕਿਓਰ ਕੀਤਾ ਜਾਂਦਾ। ਸੋ ਕਾਉਂਸਲਿੰਗ ਥੋੜ੍ਹਾ ਈਜ਼ੀ ਹੈ। ਆਪਾਂ ਹਮੇਸ਼ਾ ਕਹਿੰਦੇ ਨਾ ਸਾਰੀ ਦੁਨੀਆ ਮੇਰੇ ਅਗੇਂਸਟ ਹੈ, ਤੁਸੀਂ ਬੜੀ ਵਾਰ ਸੁਣਿਆ ਹੋਗਾ ਕਿ ਸਾਰਾ ਜ਼ਮਾਨਾ ਹੀ ਮੇਰੇ ਅਗੇਂਸਟ ਹੈ। ਹੁਣ ਇੱਕ ਪੂਰੀ ਦੁਨੀਆ ਦੇ ਵਿੱਚ 8 ਬਿਲੀਅਨ ਲੋਕ, ਕਿੰਨੇ ਲੋਕ ਤੁਹਾਡੇ ਅਗੇਂਸਟ ਹੈ? ਕਿੰਨੇ ਲੋਕ? 4-5। ਐਡੀ ਵੱਡੀ ਦੁਨੀਆ, 8 ਮਿਲੀਅਨ ਲੋਕ, ਉਹ ਤੁਹਾਨੂੰ ਜਾਣਦੇ? ਸਰ ਜਾਣਦੇ ਹੀ ਨਹੀਂ। ਪੂਰਾ ਇੰਡੀਆ ਤੁਹਾਨੂੰ ਜਾਣਦਾ? ਜਾਣਦਾ ਹੀ ਨਹੀਂ। ਪੂਰਾ ਪੰਜਾਬ ਤੁਹਾਨੂੰ ਜਾਣਦਾ? ਨਹੀਂ ਜਾਣਦਾ। ਪੂਰਾ ਜਲੰਧਰ ਤੁਹਾਨੂੰ ਜਾਣਦਾ? ਨਹੀਂ ਜਾਣਦਾ। ਜੇ ਤੁਹਾਨੂੰ ਜਾਣਦੇ ਨਹੀਂ ਤੁਹਾਡੇ ਅਗੇਂਸਟ ਕਿੱਦਾਂ ਆ? ਠੀਕ ਹੈ। ਔਰ ਬਹੁਤੀ ਵਾਰੀ ਲੋਕ ਇਸੇ ਕਲਪਨ 'ਚ ਹੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ। ਸਾਈਕੋਲੋਜੀ ਤੇ ਸਪਿਰਚੁਅਲਿਟੀ ਦੋਵੇਂ ਇਕੱਠੇ ਕਿਵੇਂ ਹੋ ਗਏ? ਬਹੁਤ ਬਹੁਤ ਸਵਾਗਤ ਹੈ ਮੈਮ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਮੈਨੂੰ ਅੱਜ ਮੌਕਾ ਦੇਣ ਲਈ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰ ਸਕਾਂ। ਥੈਂਕ ਯੂ ਮੈਮ ਤੁਹਾਡਾ, ਕਿਉਂਕਿ ਤੁਸੀਂ ਟਾਈਮ ਕੱਢਿਆ ਔਰ ਬਿਲਕੁਲ ਤੁਹਾਡਾ ਔਰਾ ਵੀ ਇੰਨਾ ਪੋਜ਼ਿਟਿਵ ਹੈ ਕਿ ਅੱਜ ਪੋਡਕਾਸਟ ਕਰਨ ਦਾ ਮਜ਼ਾ ਹੀ ਕੁਝ ਹੋਰ ਆ ਰਿਹਾ। ਥੈਂਕ ਯੂ ਸੋ ਮਚ। ਔਰ ਮੈਮ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਸਾਈਕੋ ਸਪਿਰਚੁਅਲ ਕਾਉਂਸਲਰ ਹੈ ਨਾ, ਸਾਈਕੋਲੋਜੀ ਤੇ ਸਪਿਰਚੁਅਲਿਟੀ, ਇਹ ਦੋਵੇਂ ਇਕੱਠੇ ਕਿੱਦਾਂ ਹੋ ਗਏ? ਕਿਉਂਕਿ ਮਤਲਬ ਦੋਵੇਂ ਅਲੱਗ ਅਲੱਗ ਚੀਜ਼ਾਂ ਨੇ ਜੋ ਆਮ ਅਸੀਂ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ। ਸੋ ਪਲੀਜ਼ ਐਕਸਪਲੇਨ ਜੀ। ਸੋ ਬੇਸਿਕਲੀ ਜਸਪ੍ਰੀਤ, ਪਹਿਲਾਂ ਤਾਂ ਤੁਹਾਡੇ ਲਈ ਕੰਪਲੀਮੈਂਟ ਹੈ ਕਿ ਬਹੁਤ ਹੀ ਬਿਊਟੀਫੁਲ ਕੁਐਸਚਨ ਹੈ, ਕਿਉਂਕਿ ਇਹ ਸਵਾਲ ਬਹੁਤ ਵਾਰ ਮੈਨੂੰ ਸੁਣਨ ਨੂੰ ਮਿਲਦਾ ਹੈ, ਕਿਉਂਕਿ ਲੋਕ ਹਮੇਸ਼ਾ ਨਾ ਸਾਈਕੋਲੋਜੀ ਨੂੰ ਸਪਿਰਚੁਅਲਿਟੀ ਤੋਂ ਅਲੱਗ ਕਰਕੇ ਵੇਖਦੇ ਆ। ਇੱਕ ਇਨਸਾਨ ਲਈ ਨਾ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਹੈ। ਨੰਬਰ 1 ਉਹਦੀ ਫਿਜ਼ੀਕੈਲਿਟੀ ਯਾਨੀ ਕਿ ਫਿਜ਼ੀਕਲ ਰਿਐਲਿਟੀ, ਦੂਸਰੀ ਉਹਦੀ ਸਾਈਕੋਲੋਜੀ ਉਹਦਾ ਮਨ, ਤੇ ਤੀਸਰਾ ਉਹਦੀ ਸੋਲ ਯਾਨੀ ਕਿ ਅਧਿਆਤਮ ਜਾਂ ਸਪਿਰਚੁਅਲਿਟੀ। ਠੀਕ ਹੈ। ਜੇ ਇਹ ਤਿੰਨੋਂ ਚੀਜ਼ਾਂ ਅਲਾਈਨਮੈਂਟ 'ਚ ਨੇ ਤਾਂ ਹੀ ਇੱਕ ਇਨਸਾਨ ਸਕਸੈਸਫੁਲ ਹੋ ਸਕਦਾ ਹੈ, ਆਪਣੀ ਜ਼ਿੰਦਗੀ ਨੂੰ ਬਿਹਤਰੀਨ ਤਰੀਕੇ ਨਾਲ ਜੀ ਸਕਦਾ ਹੈ। ਸੋ ਬਾਡੀ ਮਾਇੰਡ ਐਂਡ ਸੋਲ ਆਪਾਂ ਹਮੇਸ਼ਾ ਦੇਖਦੇ ਨਾ, ਇਹਨਾਂ ਤਿੰਨਾਂ ਦਾ ਅਲਾਈਨਮੈਂਟ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਤੇ ਜਦੋਂ ਵੀ ਇਹ ਅਲਾਈਨਮੈਂਟ ਗੜਬੜਾਉਂਦੀ ਹੈ, ਤੁਸੀਂ ਸਾਈਕੋਲੋਜੀਕਲ ਟੈਕਨੀਕਸ ਦਾ ਵੀ ਸਹਾਰਾ ਲੈ ਸਕਦੇ ਹੋ ਤੇ ਸਪਿਰਚੁਅਲ ਟੈਕਨੀਕਸ ਦਾ ਵੀ। ਅੱਗੇ ਜਦੋਂ ਆਪਾਂ ਗੱਲ ਕਰਾਂਗੇ, ਮੈਂ ਤੁਹਾਨੂੰ ਦੱਸਾਂਗੀ ਕਿਹੜੀ ਕਿਹੜੀ ਟੈਕਨੀਕ ਹੈ ਜਿਹੜੀ ਤੁਹਾਨੂੰ ਸਪਿਰਚੁਅਲਿਟੀ 'ਚ ਵੀ ਦੇਖਣ ਨੂੰ ਮਿਲੇਗੀ, ਸਾਈਕੋਲੋਜੀ 'ਚ ਵੀ ਦੇਖਣ ਨੂੰ ਮਿਲੇਗੀ। ਪਰ ਬੇਸਿਕਲੀ ਗੱਲ ਸਿਰਫ ਇਹੀ ਹੈ ਕਿ ਇਹ ਸਾਰੀਆਂ ਟੈਕਨੀਕਸ ਤੁਹਾਡੇ ਤਿੰਨਾਂ ਚੀਜ਼ਾਂ ਨੂੰ ਅਲਾਈਨ ਕਰਨ 'ਚ ਹੈਲਪ ਕਰਦੀਆਂ ਨੇ। ਤੇ ਇਹ ਅਲਾਈਨ ਕਰਦੀਆਂ ਕਿਸ ਤਰ੍ਹਾਂ ਹਨ? ਮਤਲਬ ਸਾਈਕੋਲੋਜੀ ਅਸੀਂ ਅਕਸਰ ਦਿਮਾਗ ਜਾਂ ਦਿਲ ਦੇ ਨਾਲ ਹੈ ਨਾ ਉਹਦੇ ਨਾਲ ਰਿਲੇਟ ਕਰਦੇ ਹਾਂ, ਸਪਿਰਚੁਅਲਿਟੀ ਆ ਜਾਂਦਾ ਧਰਮ ਕਿ ਰੱਬ ਦਾ ਨਾਮ ਲੈ ਲਈਏ ਹੈ ਨਾ, ਕਿ ਕੋਈ ਪ੍ਰੋਬਲਮ ਆ ਗਈ ਜਾਂ ਕੋਈ ਟੈਨਸ਼ਨ ਆ ਗਈ ਤੇ ਅਸੀਂ ਮਤਲਬ ਗੁਰਦੁਆਰੇ ਮੰਦਿਰ ਮਸਜਿਦ ਉੱਥੇ ਚਲੇ ਜਾਂਦੇ ਹਾਂ, ਸਾਨੂੰ ਸ਼ਾਂਤੀ ਮਿਲਦੀ ਆ। ਮਤਲਬ ਉਸ ਚੀਜ਼ ਨੂੰ ਅਸੀਂ ਰਿਲੇਟ ਕਿੱਦਾਂ ਕਰਾਂਗੇ, ਅਲਾਈਨਮੈਂਟ ਕਿੱਦਾਂ ਹੋਏਗੀ? ਜੀ ਬਿਲਕੁਲ ਜਸਪ੍ਰੀਤ, ਵੈਸੇ ਸਪਿਰਚੁਅਲਿਟੀ ਜਿਹੜੀ ਹੈ ਨਾ ਉਹ ਬਿਲਕੁਲ ਧਾਰਮਿਕਤਾ ਨਹੀਂ ਹੈ। ਸਪਿਰਚੁਅਲਿਟੀ ਤੇ ਰਿਲੀਜਨ ਵੀ ਥੋੜੀਆਂ ਜਿਹੀਆਂ ਡਿਫਰੈਂਟ ਨੇ, ਕਿਉਂਕਿ ਰਿਲੀਜਨ ਜਿਹੜਾ ਹੈ ਨਾ ਉਹ ਇੱਕ ਸਟਰਕਚਰਡ ਚੀਜ਼ ਹੈ ਕਿ ਤੁਸੀਂ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋ, ਉਸ ਧਰਮ ਦੀਆਂ ਜਿਹੜੀਆਂ ਗਤੀਵਿਧੀਆਂ ਨੇ, ਠੀਕ ਹੈ, ਪਾਠ ਕਰਨ ਦਾ ਤਰੀਕਾ ਹੈ, ਪੂਜਾ ਕਰਨ ਦਾ ਤਰੀਕਾ ਹੈ, ਉਹਨਾਂ ਦੇ ਜਿਹੜੇ ਗੁਰੂ ਘਰ ਨੇ ਹੈ ਨਾ, ਉਸ ਤਰੀਕੇ ਦੀਆਂ ਚੀਜ਼ਾਂ ਨਾਲ ਤੁਸੀਂ ਸ਼ੁਰੂ ਤੋਂ ਇਨਵੋਲਵ ਹੁੰਦੇ ਹੋ ਜੀ। ਸਪਿਰਚੁਅਲਿਟੀ ਜਿਹੜੀ ਹੈ ਨਾ ਉਹ ਐਕਚੁਅਲੀ ਕਿਸੇ ਬਾਕਸ 'ਚ ਨਹੀਂ ਹੈਗੀ। ਭਾਵੇਂ ਤੁਸੀਂ ਧਾਰਮਿਕ ਹੋ ਜਾਂ ਨਹੀਂ ਹੋ, ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਧਰਮ ਨੂੰ ਨਹੀਂ ਮੰਨਦੇ, ਫਿਰ ਵੀ ਉਹ ਸਪਿਰਚੁਅਲ ਹੋ ਸਕਦੇ ਨੇ। ਕਿੱਦਾਂ? ਸਪਿਰਚੁਅਲਿਟੀ ਬੇਸਿਕਲੀ
ਉਸ ਪਾਵਰ ਦੇ ਨਾਲ ਇੱਕਮਿਕ ਹੋਣ ਦਾ ਨਾਂ ਹੈ ਜਿਹੜੀ ਸੁਪਰ ਪਾਵਰ ਹੈ, ਰਾਈਟ, ਡਿਵਾਈਨ ਪਾਵਰ ਕਹਿ ਦਿੰਦੇ ਆ। ਬਹੁਤ ਸਾਰੇ ਲੋਕ ਸਪੈਸ਼ਲੀ ਮਾਡਰਨ ਏਜ ਵਿੱਚ ਬਹੁਤ ਸਾਰੇ ਲੋਕ ਹੈ ਜਿਹੜੇ ਧਰਮ ਦੇ ਖਾਂਚੇ ਵਿੱਚ ਨਾ ਆਪਣੇ ਆਪ ਨੂੰ ਫਿੱਟ ਨਹੀਂ ਕਰਕੇ ਦੇਖ ਸਕਦੇ, ਫਿਰ ਵੀ ਇਹ ਚੀਜ਼ ਤਾਂ ਮੰਨਦੇ ਕਿ ਕੋਈ ਤਾਂ ਇਹੋ ਜਿਹਾ ਜਿਹਨੇ ਸਾਨੂੰ ਕ੍ਰੀਏਟ ਕੀਤਾ ਹੈ। ਅੱਜ ਕੱਲ੍ਹ ਬਹੁਤ ਫੇਮਸ ਹੈ, ਬਹੁਤ ਸਾਰੇ ਲੋਕ ਯੂਨੀਵਰਸ, ਵੀ ਕਨੈਕਟ ਵਿਦ ਯੂਨੀਵਰਸ, ਹੈ ਨਾ, ਕੁਦਰਤ ਦੇ ਨਾਲ ਇੱਕਮਿਕ ਹੋਣਾ, ਠੀਕ ਹੈ। ਸੋ ਕੋਈ ਵੀ ਸੁਪਰ ਪਾਵਰ ਨੂੰ ਤੁਸੀਂ ਇੱਕ ਫੋਟੋ ਨਹੀਂ ਦਿੱਤੀ, ਇੱਕ ਸ਼ਕਲ ਨਹੀਂ ਦਿੱਤੀ, ਪਰ ਤੁਸੀਂ ਉਹਦੀ ਐਨਰਜੀ ਦੇ ਨਾਲ ਕਨੈਕਟ ਹੈ, ਦੈਟ ਇਜ਼ ਸਪਿਰਚੁਅਲਿਟੀ, ਹੈ ਨਾ। ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਗੱਲ ਕੀਤੀ ਕਿ ਸੋਲ ਦੀ ਜਾਂ ਮਨ ਦੀ ਗੱਲ, ਹੈ ਨਾ, ਸਾਈਕੋਲੋਜੀ ਦੀ ਗੱਲ ਤੇ ਸਪਿਰਚੁਅਲਿਟੀ ਦੀ ਗੱਲ, ਸਾਈਕੋਲੋਜੀ ਡੀਲ ਕਰਦੀ ਹੈ ਤੁਹਾਡੇ ਮਨ ਨਾਲ, ਸਪਿਰਚੁਅਲਿਟੀ ਡੀਲ ਕਰਦੀ ਹੈ ਤੁਹਾਡੀ ਆਤਮਾ ਦੇ ਨਾਲ, ਠੀਕ ਹੈ। ਹੁਣ ਇੱਕ ਛੋਟੀ ਜਿਹੀ ਗੱਲ ਹੈ, ਤੁਹਾਡੇ ਪਾਸਟ 'ਚ ਜੇ ਕੋਈ ਇਹੋ ਜਿਹੀ ਚੀਜ਼ ਹੋਈ ਹੈ ਜਿਹਨੇ ਤੁਹਾਡੇ ਮਨ 'ਤੇ ਬਹੁਤ ਗਹਿਰਾ ਪ੍ਰਭਾਵ ਛੱਡਿਆ, ਫੋਰ ਐਗਜ਼ਾਮਪਲ ਕੋਈ ਇਨਸਾਨ ਆਪਣੇ ਬਚਪਨ 'ਚ ਜੇ ਬਹੁਤ ਬੁਰੇ ਕਿਸੇ ਟਰੋਮਾ ਤੋਂ ਗੁਜ਼ਰਿਆ, ਉਹ ਇੰਨਾ ਡੀਪ ਹੋ ਜਾਂਦਾ ਕਿ ਤੁਹਾਡੀ ਸੋਲ ਤੱਕ ਚਲਾ ਜਾਂਦਾ। ਕਈ ਵਾਰੀ ਆਪਾਂ ਕਹਿੰਦੇ ਨੇ ਕਿ ਇਸ ਚੀਜ਼ ਨੇ ਮੇਰੀ ਆਤਮਾ ਝੰਜੋੜ ਦਿੱਤੀ, ਮਤਲਬ ਉਹ ਇੱਕ ਲੈਵਲ ਡਾਊਨ ਚਲਾ ਗਿਆ। ਔਰ ਸਾਨੂੰ ਕਈ ਵਾਰੀ ਉਸ ਜਗ੍ਹਾ ਤੇ ਜਾਂ ਉਸ ਸ਼ਖਸ ਦੇ ਨਾਲ, ਮਤਲਬ ਉਹ ਇੰਸੀਡੈਂਟ ਜਿਸ ਕਿਸੇ ਦੇ ਨਾਲ ਰਿਲੇਟ ਕੀਤਾ ਹੋਇਆ ਹੋਵੇ ਜਾਂ ਉਸ ਜਗ੍ਹਾ, ਸਾਨੂੰ ਉਸ ਜਗ੍ਹਾ ਤੇ ਜਾਣਾ ਵੀ ਪਸੰਦ ਨਹੀਂ ਹੁੰਦਾ। ਬਿਲਕੁਲ, ਤੋਂ ਮਨ ਦੀ ਜਿਹੜੇ ਜ਼ਖਮ ਨੇ, ਠੀਕ ਹੈ, ਉਹਨਾਂ ਨੂੰ ਭਰਨ ਵਾਸਤੇ ਕਹਿ ਲਓ ਕਿ ਇੱਕ ਮਿਡਲ ਲੈਵਲ ਦੀ ਦਵਾਈ ਚਾਹੀਦੀ ਹੈ, ਪਰ ਜਿਹੜੀ ਆਤਮਾ ਦੇ ਜ਼ਖਮ ਨੇ ਉਹਨਾਂ ਵਾਸਤੇ ਥੋੜੀਆਂ ਜਿਹੀਆਂ ਡੀਪੈਸਟ ਦਵਾਈਆਂ ਚਾਹੀਦੀਆਂ ਨੇ। ਸੋ ਬੇਸਿਕਲੀ ਲੈਵਲ ਨੇ, ਸੋ ਸੇਮ ਜਿੱਦਾਂ ਤੁਹਾਡਾ ਕੋਈ ਐਕਸੀਡੈਂਟ ਹੋਇਆ ਤਾਂ ਹੋਸਪਿਟਲ ਗਏ, ਦਰਦ ਹੋਈ, ਟੀਕੇ ਲੱਗੇ, ਤੁਹਾਨੂੰ ਗਲੂਕੋਜ਼ ਚੜਿਆ, ਕੁਛ ਹੋਇਆ, ਹੈ ਨਾ, ਤਾਂ ਉਹ ਫਿਜ਼ੀਕਲ ਸੱਟ ਸੀ। ਜਦੋਂ ਮਨ ਦੀ ਸੱਟ ਹੈ ਉਹ ਥੋੜੀ ਜਿਹੀ ਜ਼ਿਆਦਾ ਡੂੰਘੀ ਹੁੰਦੀ ਹੈ, ਹੈ ਨਾ, ਬੰਦਾ ਬੋਡੀ ਦੀ ਸੱਟ ਝੇਲ ਲੈਂਦਾ, ਮਨ ਦੀ ਸੱਟ ਜਿਹੜੀ ਉਹ ਲੰਬੀ ਚੱਲਦੀ ਹੈ, ਜਿਹੜੀ ਆਤਮਾ ਦੀ ਸੱਟ ਹੈ ਉਹ ਤੋਂ ਵੀ ਵੱਧ ਲੰਬੀ ਚੱਲਦੀ ਹੈ। ਸੋ ਬਹੁਤ ਸਾਰੀਆਂ ਟੈਕਨੀਕਸ ਜੇ ਹੀਲਿੰਗ ਦੀਆਂ, ਅਸੀਂ ਇਹਨੂੰ ਹੋਲਿਸਟਿਕ ਹੀਲਿੰਗ ਦੇ ਕੈਟੇਗਰੀ 'ਚ ਲਿਆਉਂਦੇ ਹਾਂ ਕਿ ਤੁਸੀਂ ਆਪਣੀ ਬੋਡੀ ਨੂੰ ਹੀਲ ਕਰ ਰਹੇ ਹਾਂ, ਫਿਰ ਤੁਸੀਂ ਆਪਣੇ ਮਨ ਨੂੰ ਹੀਲ ਕਰ ਰਹੇ ਹਾਂ, ਫਿਰ ਤੁਸੀਂ ਆਪਣੇ ਸੋਲ ਨੂੰ ਹੀਲ ਕਰ ਰਹੇ ਹਾਂ। ਤੋ ਜਦੋਂ ਤੱਕ ਸਭ ਸੋਲ ਲੈਵਲ ਤੱਕ ਤੁਸੀਂ ਹੀਲ ਨਹੀਂ ਨਾ ਹੁੰਦੇ, ਉਦੋਂ ਤੱਕ ਤੁਸੀਂ ਇੱਕ ਕੰਪਲੀਟ ਇਨਸਾਨ ਨਹੀਂ ਬਣ ਸਕਦੇ, ਤੁਸੀਂ ਆਪਣੀ ਕੰਪਲੀਟ ਪੋਟੈਂਸ਼ੀਅਲ ਨੂੰ ਟੈਪ ਨਹੀਂ ਕਰ ਸਕਦੇ। ਸੋ ਦੈਟ ਇਜ਼ ਦ ਹੋਲ ਕਨਸੈਪਟ ਆਫ ਸਾਈਕੋ ਸਪਿਰਚੁਅਲ ਕਾਉਂਸਲਿੰਗ। ਓਕੇ, ਔਰ ਮੇਰਾ ਇੱਕ ਸਵਾਲ ਹੋਰ ਹੈ ਕਿ ਮੋਸਟਲੀ ਜਦੋਂ ਸਾਈਕੋਲੋਜੀ ਦੇ ਨਾਲ ਰਿਲੇਟਡ ਕੁਝ ਆ ਜਾਂਦਾ ਤਾਂ ਅਸੀਂ ਸਾਈਕੈਟ੍ਰਿਸਟ ਦੇ ਕੋਲ ਜਾਂਦੇ ਹਾਂ, ਤੇ ਸਾਈਕੋ ਸਪਿਰਚੁਅਲ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਬਾਰੇ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਹਾਂ ਇੱਥੇ ਨੇ? ਬਿਕੋਜ਼ ਮੋਸਟਲੀ ਤੁਸੀਂ ਫਸਟ ਟਾਈਮ ਹੋ ਕੇ ਮੈਨੂੰ ਮਿਲੇ ਔਰ ਮੇਰਾ ਦਿਲ ਕੀਤਾ ਕਿ ਨਹੀਂ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਬਹੁਤ ਇੱਕ ਨਵੀਂ ਚੀਜ਼ ਹੈ। ਮੋਸਟਲੀ ਇਹੀ ਕਿਹਾ ਜਾਂਦਾ ਹੈ ਕਿ ਕੋਈ ਪ੍ਰੋਬਲਮ ਹੈ ਜਾਂ ਕੋਈ ਟੈਂਸ਼ਨ ਹੈ, ਐਂਜ਼ਾਇਟੀ ਹੈ, ਸਾਈਕੈਟ੍ਰਿਸਟ ਦੇ ਕੋਲ ਚਲੇ ਜਾਓ। ਜੀ, ਸੋ ਬੇਸਿਕਲੀ ਕਾਉਂਸਲਰ ਤੇ ਇੱਕ ਥੈਰੇਪਿਸਟ ਉਹ 'ਚ ਕੀ ਫਰਕ ਹੈ? ਜਿਹੜੇ ਸਾਈਕੈਟ੍ਰਿਸਟ ਨੇ ਉਹ ਮੈਡੀਕਲ ਸਾਇੰਸ ਦਾ ਵੀ ਸਹਾਰਾ ਲੈਂਦੇ ਨੇ, ਉਹ ਮੈਡੀਸਿਨਸ ਦਾ ਵੀ ਸਹਾਰਾ ਲੈਂਦੇ ਨੇ। ਜਦੋਂ ਗੱਲ ਆ ਜਾਂਦੀ ਹੈ ਕਾਉਂਸਲਿੰਗ ਦੀ ਤਾਂ ਉੱਥੇ ਸਿਰਫ ਗੱਲ ਕਰਕੇ ਜਾਂ ਕੁਛ ਟੈਕਨੀਕਸ ਦੇ ਨਾਲ ਜਾਂ ਕੁਛ ਯੂ ਨੋ ਐਕਸ਼ਨੇਬਲ ਐਕਸਰਸਾਈਜ਼ ਦੇ ਨਾਲ ਚੀਜ਼ਾਂ ਨੂੰ ਕਿਓਰ ਕੀਤਾ ਜਾਂਦਾ ਹੈ। ਸੋ ਕਾਉਂਸਲਿੰਗ ਥੋੜ੍ਹਾ ਈਜ਼ੀ ਹੈ, ਕਿਉਂਕਿ ਜਦੋਂ ਤੁਸੀਂ ਇੱਕ ਕਾਉਂਸਲਰ ਕੋਲ ਬੈਠੇ ਹੋ ਤਾਂ ਤੁਸੀਂ ਇੱਕ ਇਹੋ ਜਿਹੇ ਦੋਸਤ ਕੋਲ ਬੈਠੇ ਹੋ ਜਿਹੜਾ ਇੱਕ ਤਾਂ ਬਹੁਤ ਕੌਨਫੀਡੈਂਸ਼ੀਅਲ ਲੈਵਲ 'ਤੇ ਤੁਹਾਡੇ ਨਾਲ ਗੱਲ ਕਰ ਰਿਹਾ, ਤੁਹਾਡੀ ਗੱਲ ਬਾਹਰ ਨਹੀਂ ਜਾ ਰਹੀ, ਤੁਸੀਂ ਉਹਦੇ ਸਾਹਮਣੇ ਆਪਣਾ ਦੁੱਖ ਫੋਲ ਸਕਦੇ ਹੋ। ਬਹੁਤੀ ਵਾਰ ਨਾ ਜਸਪ੍ਰੀਤ ਕੀ ਹੁੰਦਾ, ਸਾਡੇ ਅੰਦਰ ਪਏ ਹੋਏ ਜਿਹੜੇ ਦੁੱਖ ਹੈ ਨਾ ਉਹ ਵੱਡੇ ਇਸ ਲਈ ਵੀ ਜਾਂਦੇ, ਉਹ ਕਹਿੰਦੇ ਨਾ ਜ਼ਖਮ ਨਾ ਸੂਰ ਉਦੋਂ ਬਣ ਜਾਂਦਾ ਜਦੋਂ ਅਸੀਂ ਕਥਾਰਸਿਸ ਨਹੀਂ ਕਰ ਪਾਉਂਦੇ, ਸ਼ੇਅਰ ਨਹੀਂ ਕਰ ਪਾਉਂਦੇ, ਵੈਂਟੀਲੇਟ ਨਹੀਂ ਕਰ ਪਾਉਂਦੇ। ਸੋ ਜਦੋਂ ਤੁਸੀਂ ਕਾਉਂਸਲਰ ਕੋਲ ਆਉਂਦੇ ਹੋ ਤੁਸੀਂ ਆਪਣੀਆਂ ਸਾਰੀਆਂ ਪ੍ਰੋਬਲਮਸ ਦੱਸਦੇ ਹੋ, ਆਪਣੇ ਟਰਾਮਾਸ ਦੱਸਦੇ ਹੋ, ਅੱਧੀ ਪ੍ਰੋਬਲਮ ਤਾਂ ਉਦੋਂ ਹੱਲ ਹੋ ਜਾਂਦੀ ਜਦੋਂ ਤੁਸੀਂ ਉਹਨਾਂ ਨੂੰ ਵੈਂਟੀਲੇਟ ਕਰਤਾ, ਠੀਕ ਹੈ, ਸਾਡੇ ਕੱਢ ਦਿੱਤਾ ਉਹਨਾਂ ਨੂੰ ਕਿਸੇ ਦੇ ਨਾਲ ਸ਼ੇਅਰ ਹੀ ਕਰ ਦਿੱਤਾ। ਬਿਲਕੁਲ, ਹੁਣ ਮੰਨ ਲਓ ਤੁਹਾਡੀ ਟੇਬਲ ਹੈ, ਤੁਹਾਡੇ ਘਰ ਦਾ ਇੱਕ ਟੇਬਲ ਹੈ, ਉਹਦੇ ਤੇ ਮਿੱਟੀ ਜੰਮੀ ਹੋਈ ਹੈ, ਠੀਕ ਹੈ, ਤੁਸੀਂ ਉਸ ਮਿੱਟੀ ਜੰਮੇ ਹੋਏ ਟੇਬਲ ਤੇ ਜਿੰਨਾ ਮਰਜ਼ੀ ਸੋਹਣਾ ਵਾਸ ਰੱਖ ਦਿਓ, ਉਹ ਬਿਊਟੀਫਾਈ ਨਹੀਂ ਕਰ ਸਕਦਾ, ਹੈ ਨਾ। ਜਦੋਂ ਤੱਕ ਉਹ ਟੇਬਲ ਸਾਫ ਨਹੀਂ ਹੋਊਗਾ ਉਦੋਂ ਤੱਕ ਉਹਦੀ ਖੂਬਸੂਰਤੀ ਨਹੀਂ ਨਿਖਾਰ ਸਕਦੇ। ਸੋ ਬਹੁਤ ਸਾਰੇ ਲੋਕ, ਮੇਰੇ ਕਲਾਇੰਟਸ ਵੀ ਨੇ ਜਾਂ ਮੇਰੇ ਜਿਹੜੇ ਸਟੂਡੈਂਟਸ ਨੇ ਮੇਰੇ ਕੋਲ ਆਉਂਦੇ ਆ, ਮੈਂ ਦੇਖਦੀ ਹਾਂ ਕਿ ਆਪਣੀ ਲਾਈਫ 'ਚ ਫਿਜ਼ੀਕਲ ਰਿਐਲਿਟੀ 'ਚ ਤੁਹਾਨੂੰ ਦੇਖਣ ਨੂੰ ਲੱਗੇਗਾ ਕਿ ਬੜੇ ਬਹੁਤ ਵਧੀਆ ਕਰ ਰਹੇ ਨੇ ਜਾਂ ਵੈਰੀ ਸਕਸੈਸਫੁੱਲ, ਹੈ ਨਾ, ਇਹ ਤਾਂ ਬਹੁਤ ਅੱਛੇ ਬਿਜ਼ਨਸਮੈਨ ਨੇ, ਬਹੁਤ ਅੱਛੇ ਆਰਟਿਸਟ ਨੇ, ਬਹੁਤ ਅੱਛੇ ਟੀਵੀ ਹੋਸਟ ਨੇ ਜਾਂ ਜੋ ਵੀ ਹੈ, ਬਟ ਉਹਨਾਂ ਦੇ ਅੰਦਰ ਉਹ ਮਿੱਟੀ ਜੰਮੀ ਹੋਈ ਹੈ, ਠੀਕ ਹੈ। ਲੋਕਾਂ ਲਈ ਲੱਗ ਰਿਹਾ ਕਿ ਬਹੁਤ ਵਧੀਆ, ਹੈ ਨਾ, ਕਿ ਬਹੁਤ ਬਾਹਰੋਂ ਜਿਹੜੀ ਦਿਖਾਵਾ ਹੈ ਉਹ ਹੈ ਪਰ ਅੰਦਰ ਕੀ ਚੱਲ ਰਿਹਾ ਹੈ, ਬਿਲਕੁਲ, ਤਾਂ ਉਹਦੇ ਬਾਰੇ ਨਹੀਂ। ਉਸ ਇਨਸਾਨ ਨੂੰ ਪਤਾ ਹੈ ਕਿ ਮੈਂ ਉਹ ਨਹੀਂ ਹਾਂ ਜੋ ਹੋ ਸਕਦਾ, ਮੈਂ ਇਸ ਤੋਂ ਵੀ ਬਿਹਤਰ ਕੁਛ ਹੋ ਸਕਦਾ। ਸੋ ਕਈ ਵਾਰ ਅਸੀਂ ਡੂਅਲ ਲਾਈਫ ਵੀ ਜੀ ਰਹੇ ਹੁੰਦੇ ਕਿਉਂਕਿ ਅਸੀਂ ਅੰਦਰੋਂ ਕਲੀਨ ਨਹੀਂ ਹੁੰਦੇ। ਸੋ ਵੈਨ ਯੂ ਸਟਾਰਟ ਵਰਕਿੰਗ ਵਿਦ ਸਪਿਰਚੁਅਲ ਟੂਲਸ, ਸਪਿਰਚੁਅਲ ਟੈਕਨੀਕਸ, ਸਾਈਕੋਲੋਜੀਕਲ ਟੈਕਨੀਕਸ, ਤਾਂ ਉਹਦੀ ਤੁਹਾਡੀ ਅੰਦਰ ਦੀ ਸਫਾਈ ਹੋ ਜਾਂਦੀ ਹੈ। ਫਿਰ ਜਦੋਂ ਅੰਦਰ ਦੀ ਸਫਾਈ ਹੋ ਜਾਂਦੀ ਹੈ, ਅੰਦਰ ਵੀ ਸੋਹਣਾ ਤੇ ਬਾਹਰ ਵੀ ਸੋਹਣਾ, ਫਿਰ ਜਿਹੜੀ ਹੈ ਨਾ ਉਹ ਤੁਹਾਡੀ ਜ਼ਿੰਦਗੀ ਦੀ ਜਿਹੜੀ ਬਿਊਟੀ ਹੈ ਉਹ ਡਬਲ ਟ੍ਰਿਪਲ ਮਲਟੀਫੋਲਡ ਹੋ ਜਾਂਦੀ ਹੈ। ਕਿਆ ਬਾਤ ਹੈ! ਔਰ ਤੁਹਾਡੇ ਨਾਲ ਕਦੀ ਕੋਈ ਏਦਾਂ ਦਾ ਐਕਸਪੀਰੀਅੰਸ ਹੋਇਆ ਹੈ ਕਿ ਕੋਈ ਮਤਲਬ ਏਦਾਂ ਦਾ ਕਲਾਇੰਟ ਆਇਆ ਹੋਵੇ, ਮਤਲਬ
ਬਾਹਰੋਂ ਤੇ ਬਹੁਤ ਵਧੀਆ ਲੱਗੇ ਕਿ ਨਹੀਂ ਵੀ ਇਹਨੂੰ ਤੇ ਕੋਈ ਪ੍ਰੋਬਲਮ ਹੋ ਹੀ ਨਹੀਂ ਸਕਦੀ, ਬਿਲਕੁਲ, ਬਟ ਉਹਨੇ ਤੁਹਾਡੇ ਕੋਲ ਆ ਕੇ ਕਾਉਂਸਲਿੰਗ ਲਈ ਹੋਵੇ। ਜਸਪ੍ਰੀਤ, ਮੇਰੇ ਕੋਲ ਜਨਰਲੀ ਇਹੋ ਜਿਹੇ ਕਲਾਇੰਟਸ ਹੀ ਆਉਂਦੇ ਆ, ਹੈ ਨਾ, ਔਰ ਆਈ ਡੋਂਟ ਜੱਜ ਐਨੀਬਡੀ, ਠੀਕ ਹੈ। ਅ ਪਰਸਨ ਵੈਨ ਐਂਟਰਸ ਇਨ ਟੂ ਮਾਈ ਐਨਰਜੀ, ਜਦੋਂ ਮੇਰੇ ਕੋਲ ਆਪਣੇ ਸੈਸ਼ਨ ਬੁੱਕ ਕਰਾਉਂਦੇ ਨੇ, ਆਈ ਗੋ ਵਿਦ ਅ ਵੈਰੀ ਵੈਰੀ ਓਪਨ ਮਾਇੰਡ ਸੈਟ, ਠੀਕ ਹੈ। ਜਦੋਂ ਮੈਂ ਫੋਰਮ ਫਿਲ ਕਰਨ ਲਈ ਦਿੰਦੀ ਹਾਂ ਜਾਂ ਜੋ ਵੀ ਹੈ, ਆਈਡੀਆ ਹੋ ਜਾਂਦਾ ਕਿ ਇਨਸਾਨ ਦਾ ਡੈਜੀਗਨੇਸ਼ਨ ਕੀ ਹੈ, ਇਹਦਾ ਵਰਕ ਸਪੇਸ ਕੀ ਹੈ, ਏਜ ਕੀ ਹੈ, ਵੱਡੇ ਸ਼ਹਿਰ 'ਚ ਰਹਿੰਦਾ ਹੈ, ਮੈਟਰੋ ਸਿਟੀ 'ਚ ਹੈ, ਆਊਟ ਆਫ ਦ ਕੰਟਰੀ ਹੈ, ਕਿੱਦਾਂ, ਹੈ ਨਾ। ਬਟ ਆਈ ਡੋਂਟ ਕ੍ਰੀਏਟ ਐਨੀ ਨੋਸ਼ਨ, ਮੈਂ ਕੋਈ ਪ੍ਰੀ ਕਨਸੀਵਡ ਨੋਸ਼ਨ ਨਹੀਂ ਲੈ ਕੇ ਜਾਂਦੀ। ਮੈਂ ਹਮੇਸ਼ਾ ਇੱਕ ਕਾਊਂਸ ਯੂ ਨੋ ਇੱਕ ਕਲਾਇੰਟ ਕੋਲ ਜਾਂ ਇੱਕ ਸਟੂਡੈਂਟ ਕੋਲ ਜਾਂ ਇੱਕ ਜਿਹੜਾ ਵੀ ਪੇਸ਼ੈਂਟ ਕਹਿ ਲਓ, ਉਹਨਾਂ ਨਾਲ ਜਦੋਂ ਵੀ ਗੱਲ ਕਰਦੀ ਮੈਂ ਇਸ ਤਰੀਕੇ ਨਾਲ ਕਰਦੀ ਕਿ ਇੱਕ ਬੱਚਾ ਹੈ, ਇਹ ਉਹ ਬੱਚਾ ਆ ਜਿਹਦੇ ਕੋਲ ਅੰਦਰ ਇਹੋ ਜਿਹੀਆਂ ਚੀਜ਼ਾਂ ਭਰੀਆਂ ਹੋਈਆਂ ਜਿਹੜੀਆਂ ਉਹ ਡਰ ਮਾਰੇ ਜਾਂ ਸ਼ਰਮ ਮਾਰੇ ਜਾਂ ਗਿਲਟ ਮਾਰੇ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਿਆ। ਸੋ ਮੈਂ ਬਹੁਤ ਓਪਨ ਮਾਈਂਡਡ ਹੋ ਗਈ ਉਹ ਗੱਲਾਂ ਸੁਣਦੀ ਹਾਂ। ਤਾਂ ਕਈ ਵਾਰੀ ਉਹ ਗੱਲਾਂ ਕਰਦੇ ਕਰਦੇ ਹੀ ਲੋਕ ਹੀਲ ਹੋ ਜਾਂਦੇ ਆ। ਕਈ ਵਾਰ ਇੱਦਾਂ ਵੀ ਹੁੰਦਾ ਹੈ ਕਿ ਬਹੁਤ ਡੀਪ ਵੂਨਸ ਹੁੰਦੇ ਆ, ਫਿਰ ਉਹਨਾਂ ਨਾਲ ਸਾਨੂੰ ਬਹੁਤ ਸਾਰੇ ਟੈਕਨੀਕਸ, ਸਾਈਕੋਲੋਜੀਕਲ ਟੈਕਨੀਕਸ। ਦੇਅਰ ਇਜ਼ ਅਨਦਰ ਕਨਸੈਪਟ ਕਾਲਡ NLP, ਨਿਊਰੋ ਲਿੰਗੁਇਸਟਿਕ ਪ੍ਰੋਗਰਾਮਿੰਗ। ਇਹਦੇ ਵਿੱਚ ਕੀ ਹੁੰਦਾ, ਮਤਲਬ ਬੇਸਿਕਲੀ ਇਹ 'ਚ ਕੀ ਹੈ ਕਿ ਤੁਹਾਡੇ ਦਿਮਾਗ ਦੀ ਜਿਹੜੀ ਲੈਂਗੁਏਜ ਆ ਉਹ ਚੇਂਜ ਕੀਤੀ ਜਾਂਦੀ ਹੈ, ਠੀਕ ਹੈ। ਕਿ ਤੁਸੀਂ ਕਿਸੇ ਚੀਜ਼ ਨੂੰ, ਜਿੱਦਾਂ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਐਗਜ਼ਾਮਪਲ ਦਊਂਗੀ, ਪੇਰੈਂਟਿੰਗ ਦੀ ਗੱਲ ਕਰ ਲਈਏ, ਜਨਰਲੀ ਆਪਣੇ ਬੱਚਿਆਂ ਨੂੰ, ਅਸੀਂ ਵੀ ਸਾਡੇ ਪੇਰੈਂਟਸ ਨੇ ਵੀ ਇਹੀ ਕੀਤਾ। ਆਪਾਂ ਜਨਰਲੀ ਆਪਣੇ ਬੱਚਿਆਂ ਨਾਲ ਜੇ ਆਪਾਂ ਇੱਕ ਲਿਸਟ ਬਣਾਈ ਨਾ, ਅਸੀਂ ਦਿਨ 'ਚ ਕਿੰਨੀ ਵਾਰੀ ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਕਿਸ ਤਰੀਕੇ ਨਾਲ ਗੱਲ ਕਰਦੇ ਹਾਂ। ਬਹੁਤੀ ਵਾਰੀ ਅਸੀਂ ਉਹਨਾਂ ਨੂੰ ਪਤਾ ਕੀ ਕਹਿੰਦੇ ਹਾਂ, ਬੇਟਾ ਇਹ ਮਤ ਕਰੋ, ਬੇਟਾ ਬਾਹਰ ਮਤ ਜਾਓ, ਬੇਟਾ ਇਸ ਖਿਲੌਣੇ ਸੇ ਮਤ ਖੇਲੋ, ਬੇਟਾ ਫੋਨ ਰੋਕ ਦੇ, ਯੂਜ਼ ਨਾ ਕਰੋ। ਅਸੀਂ ਨਾ 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 ਕਰਦੇ, ਠੀਕ ਹੈ। ਅਸੀਂ ਉਹਨਾਂ ਨੂੰ ਇਹ ਤਾਂ ਦੱਸਤਾ ਕੀ ਨਹੀਂ ਕਰਨਾ, ਪਰ ਅਸੀਂ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਵੀ ਕੀ ਕਰਨਾ ਹੈ। ਹੁਣ ਬੱਚਾ ਜਿਹੜਾ ਆ ਉਹ ਕੌਨਫਲਿਕਟ ਆ ਜਾਂਦਾ। ਦੂਸਰੀ ਗੱਲ, ਅਸੀਂ ਨਾ ਬੜੇ ਵਿਜੂਅਲ ਇਨਸਾਨ ਆ, ਠੀਕ ਹੈ, ਔਰ ਮੀਨਿੰਗ ਡੀਕੋਡ ਕਰਦੇ ਹਾਂ। ਮੰਨ ਲਓ ਮੈਂ ਆਪਣੇ ਬੱਚੇ ਨੂੰ ਕਿਹਾ ਕਿ ਬੇਟਾ ਬਾਹਰ ਨਹੀਂ ਜਾਣਾ, ਬਾਹਰ ਜਦੋਂ ਬੋਲਿਆ ਬਾਹਰ ਦੀ ਇੱਕ ਪਿਕਚਰ ਬਣ ਗਈ, ਜਾਣਾ ਜਾਣਾ ਦੀ ਇੱਕ ਪਿਕਚਰ ਹੈ ਕਿ ਉਹ ਜਾ ਰਿਹਾ, ਨਹੀਂ ਦੀ ਕੀ ਪਿਕਚਰ ਹੈ, ਠੀਕ ਹੈ। ਬੱਚਾ ਕੌਨਫਲਿਕਟ 'ਚ ਹੈ, ਉਹਦੇ ਮਨ ਦੇ ਅੰਦਰ ਜਿਹੜਾ ਐਂਕਰ ਗਿਆ ਬਾਹਰ ਜਾਣਾ ਬਾਹਰ ਜਾਣਾ, ਉਹਦਾ ਮਨ ਬਾਹਰ ਭੱਜੇਗਾ ਕਿਉਂਕਿ ਡੀਕੋਡ ਕੀ ਹੋਇਆ, ਬਾਹਰ ਜਾਣਾ ਉਹਨੇ ਕ੍ਰੀਏਟ। ਜਿੱਦਾਂ ਮੰਨ ਲਓ ਮੈਂ ਤੁਹਾਨੂੰ ਕਹਾਂ ਕਿ ਜਸਪ੍ਰੀਤ ਇਸ ਸਮੇਂ ਨਾ ਤੁਸੀਂ ਪੀਲੇ ਰੰਗ ਦੇ ਬਾਂਦਰ ਬਾਰੇ ਨਹੀਂ ਸੋਚਣਾ, ਤੁਸੀਂ ਕੀ ਸੋਚਿਆ, ਪੀਲੇ ਰੰਗ ਦਾ ਬਾਂਦਰ ਨਹੀਂ ਦਿੰਦਾ, ਕੋਈ ਫੋਟੋ ਹੀ ਨਹੀਂ ਆਈ, ਠੀਕ ਹੈ। ਪਰ ਐਕਚੁਅਲੀ ਮੇਰੇ ਦਿਮਾਗ 'ਚ ਆਇਆ ਕਿ ਉਹ ਕੰਧ ਉੱਪਰ ਬੈਠਾ ਹੋਇਆ ਨਾ, ਪੀਲੇ ਰੰਗ ਉਹਦੇ ਉੱਪਰ ਕੁਝ ਪੀਲਾ ਰੰਗ ਲੱਗਿਆ ਹੋਇਆ, ਐਗਜੈਕਟਲੀ। ਸੋ ਬੇਸਿਕਲੀ ਨਹੀਂ ਜਿਹੜਾ ਹੈ ਨਾ ਉਹ ਕੋਈ ਕਨਸੈਪਟ ਨਹੀਂ, ਉਹ ਡੀਕੋਡ ਹੀ ਨਹੀਂ ਕਰ ਸਕਦੇ ਤੁਸੀਂ। ਤੇ ਅਸੀਂ ਜਨਰਲੀ ਆਪਣੇ ਬੱਚਿਆਂ ਨਾਲ ਗੱਲ ਹੀ ਇੱਦਾਂ ਕਰਦੇ ਹਾਂ। ਹੁਣ ਪ੍ਰੋਬਲਮ ਕੀ ਹੁੰਦੀ ਹੈ, ਉਹਨਾਂ ਨੂੰ ਇਹ ਨਹੀਂ ਪਤਾ ਵੀ ਕਰਨਾ ਕੀ ਹੈ, ਠੀਕ ਹੈ। ਤਾਂ ਹੀ ਅਸੀਂ ਕਹਿੰਦੇ ਜਿੰਨਾ ਇਹਨੂੰ ਰੋਕੋ ਓਨਾ ਹੀ ਜ਼ਿਆਦਾ ਕਰਦਾ, ਕਿਉਂਕਿ ਤੁਸੀਂ ਗੱਲ ਹੀ ਗਲਤ ਕਰ ਰਹੇ ਹੋ। ਸੋ ਨਿਊਰੋ ਲਿੰਗੁਇਸਟਿਕ ਪ੍ਰੋਗਰਾਮਿੰਗ ਦਾ ਕਨਸੈਪਟ ਕੀ ਹੈ ਕਿ ਤੁਸੀਂ ਗੱਲ ਉਸ ਤਰੀਕੇ ਨਾਲ ਕਰਨੀ ਹੈ ਜਿਹੜਾ ਉਸ ਬੱਚਾ ਜਾਂ ਉਹ ਇਨਸਾਨ ਡੀਕੋਡ ਕਰ ਸਕੇ, ਜਿਹਦੇ ਵਿੱਚ ਨਹੀਂ ਨਾ ਹੋਵੇ, ਬਿਲਕੁਲ। ਸਾਡਾ ਸਾਡੇ ਦਿਮਾਗ ਦੀ ਜਿਹੜੀ ਲੈਂਗੁਏਜ ਹੈ ਨਾ ਉਹ ਸਾਡੀ ਫਿਜ਼ੀਕਲ ਲੈਂਗੁਏਜ ਨਾਲੋਂ ਵੱਖਰੀ ਹੈ, ਤੇ ਸਾਨੂੰ ਉਸ ਲੈਂਗੁਏਜ ਦੇ ਵਿੱਚ ਤੁਸੀਂ ਗੱਲ ਕਰਨੀ ਸ਼ੁਰੂ ਕਰ ਦਿੰਦੇ ਆ। ਬਹੁਤ ਸਾਰੇ ਲੋਕ ਤੁਸੀਂ ਦੇਖੇ ਹੋਣਗੇ ਮੋਟੀਵੇਸ਼ਨਲ ਕਲਾਸਿਸ ਲਾ ਕੇ ਟੈਕਨੀਕਸ ਯੂਜ ਕਰਕੇ, ਉਹ ਕਹਿੰਦੇ ਆ ਤੁਸੀਂ ਕਿਤਾਬਾਂ 'ਚ ਪੜਿਆ ਹੋਏਗਾ ਕਿ ਮੈਂ ਆਹ ਕਿਤਾਬ ਪੜ੍ਹੀ, ਮੈਂ ਇਸ ਮੋਟੀਵੇਸ਼ਨਲ ਸਪੀਕਰ ਨੂੰ ਸੁਣਿਆ, ਮੈਂ ਇਸ ਕੋਚ ਨੂੰ ਫੋਲੋ ਕੀਤਾ, ਮੇਰੀ ਜ਼ਿੰਦਗੀ ਚੇਂਜ ਹੋ ਗਈ। ਕਿਉਂ? ਕਿਉਂਕਿ ਹੁਣ ਉਹਨਾਂ ਨੂੰ ਸਹੀ ਭਾਸ਼ਾ ਸਮਝ ਆ ਗਈ। ਸੋ ਉਹਦੇ ਕਨਸੈਪਟ ਕਹਿ ਲਓ ਕਿ ਜੋ ਨੋਸ਼ਨ ਸੀਗੇ, ਮਤਲਬ ਗੱਲ ਕਰਨ ਦਾ ਜਾਂ ਗੱਲ ਸਮਝਣ ਦਾ ਤਰੀਕਾ ਜਿਹੜਾ ਉਹਨਾਂ ਨੂੰ ਪਤਾ ਲੱਗ ਗਿਆ। ਬਿਲਕੁਲ ਬਿਲਕੁਲ। ਸੋ ਜਦੋਂ ਤੁਸੀਂ ਉਸ ਲੈਂਗੁਏਜ ਦੇ ਵਿੱਚ ਗੱਲ ਕਰਦੇ ਹੋ ਜੋ ਤੁਹਾਡੇ ਮਨ ਦੀ ਭਾਸ਼ਾ ਹੈ, ਤੁਸੀਂ ਐਕਚੁਅਲ ਸਹੀ ਕਨਸੈਪਟ ਸਮਝਦੇ ਹੋ, 90% ਆਫ ਟਾਈਮਸ ਅਸੀਂ ਨਾ ਕੰਫਲਿਕਟ 'ਚ ਜੀ ਰਹੇ ਹਾਂ। ਸਾਨੂੰ ਲੱਗਦਾ ਹੈ ਕਿ ਅਸੀਂ ਚੀਜ਼ਾਂ ਲਈ ਅਵੇਅਰ ਹੈ, ਪਰ ਬੇਸਿਕਲੀ ਅਵੇਅਰਨੈਸ ਨਾਲ ਕੁਛ ਨਹੀਂ ਹੁੰਦਾ। ਯੂ ਨੀਡ ਟੂ ਫੀਲ ਦੈਟ ਅਵੇਅਰਨੈਸ, ਠੀਕ ਹੈ। ਫੋਰ ਐਗਜ਼ਾਮਪਲ, ਸਾਨੂੰ ਇਹ ਪਤਾ ਹੈ ਕਿ ਜੇ ਅਸੀਂ ਸਹੀ ਲਾਈਫ ਸਟਾਈਲ ਅਪਣਾਵਾਂਗੇ ਤੇ ਅਸੀਂ ਹੈਲਦੀ ਰਹਾਂਗੇ, ਠੀਕ ਹੈ। ਸਾਨੂੰ ਬਹੁਤ ਲੋਕਾਂ ਨੂੰ ਇਹ ਪਤਾ ਕਿ ਮੈਂ ਇਸ ਕਰਕੇ ਬਿਮਾਰ ਹਾਂ ਕਿਉਂਕਿ ਮੇਰਾ ਲਾਈਫ ਸਟਾਈਲ ਗਲਤ ਹੈ, ਇਹ ਅਵੇਅਰਨੈਸ ਹੈ, ਪਰ ਅਸੀਂ ਉਹਦੇ ਲਈ ਕਰ ਕੀ ਰਹੇ ਹਾਂ, ਕੁਛ ਵੀ ਨਹੀਂ। ਜਦੋਂ ਉਸ ਅਵੇਅਰਨੈਸ ਦੀ ਫੀਲਿੰਗ ਕ੍ਰੀਏਟ ਹੋ ਗਈ ਕਿ ਜੇ ਮੈਂ ਹੈਲਦੀ ਰਹਿਣਾ ਹੈ ਨਾ ਤੇ ਮੈਨੂੰ ਆਹ ਕਰਨਾ ਪੈਣਾ, ਮੈਨੂੰ ਆਹ ਸ਼ੂਗਰ ਛੱਡਣੀ ਪੈਣੀ ਹੈ, ਮੈਨੂੰ ਤਲਿਆ ਛੱਡਣਾ ਪੈਣਾ, ਮੈਨੂੰ ਸੈਰ ਤੇ ਜਾਣਾ ਪੈਣਾ, ਉਹ ਜਦੋਂ ਇੱਕ ਫੀਲ ਕ੍ਰੀਏਟ, ਫਿਰ ਤੁਸੀਂ ਇੱਕ ਫੋਟੋ ਕ੍ਰੀਏਟ ਕਰਦੇ ਕਿ ਹਾਂ ਮੈਂ ਜਿਮ ਜਾਣਾ ਸ਼ੁਰੂ ਕਰਤਾ, ਮੈਂ ਸੈਰ ਤੇ ਜਾਣਾ ਸ਼ੁਰੂ ਕਰਤਾ, ਤੇ ਉਹ ਮੇਰੀ ਮੇਰਾ ਫੇਸ ਤੇ ਗਲੋ ਆ ਗਿਆ। ਜੇ ਤੁਸੀਂ ਫੀਲ ਕ੍ਰੀਏਟ ਕਰ ਲਿਆ ਫਿਰ ਤੁਸੀਂ ਮੋਟੀਵੇਟ ਹੁੰਦੇ ਹੋ। ਅਵੇਅਰਨੈਸ ਓਨਲੀ, ਜਿਹੜੀ ਤੁਹਾਡੀ ਫਿਜ਼ੀਕਲ ਅਵੇਅਰਨੈਸ ਜਿਹਨੂੰ ਤੁਸੀਂ ਚੇਤਨਤਾ ਕਹਿੰਦੇ ਹੋ, ਕੌਨਸ਼ੀਅਸ ਕੌਨਸ਼ੀਅਸ ਅਵੇਅਰਨੈਸ ਕਾਂਟ ਡੂ ਐਨੀਥਿੰਗ, ਦੈਟ ਇਜ਼ ਸਬਕੌਨਸ਼ੀਅਸ ਅਵੇਅਰਨੈਸ ਜ਼ਰੂਰੀ ਹੈ। ਬਿਲਕੁਲ, ਵੀ ਕਾਲ ਇਟ ਸਬਕੌਨਸ਼ੀਅਸ
ਰੀਪ੍ਰੋਗਰਾਮਿੰਗ, ਵੀ ਕਾਲ ਇਟ ਸਬਕੌਂਸ਼ੀਅਸ ਰੀਇੰਪ੍ਰਿੰਟਿੰਗ, ਹੈ ਨਾ, ਇਹ ਸਾਰੀਆਂ ਕਨਸੈਪਟਸ ਨੇ ਤੇ ਬਹੁਤ ਔਖੇ ਵੀ ਨੇ, ਨਹੀਂ ਹੈ। ਤੁਸੀਂ ਬੜੇ ਆਰਾਮ ਨਾਲ ਚੀਜ਼ਾਂ ਨੂੰ ਸਮਝ ਕੇ ਨਾ ਸਟੋਰੀਜ਼ ਚੇਂਜ ਕਰ ਸਕਦੇ ਹਾਂ, ਆਪਣੇ ਪਾਸਟ ਨੂੰ ਹੀ ਚੇਂਜ ਕਰ ਸਕਦੇ। ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ, ਪਾਸਟ ਨੂੰ ਵੀ ਆਪਾਂ ਚੇਂਜ ਕਰਦੇ ਹਾਂ। ਉਹ ਕਿਸ ਤਰ੍ਹਾਂ, ਪਲੀਜ਼ ਦੱਸੋ। ਬਿਲਕੁਲ, ਹੁਣ ਜਿਹੜਾ ਪਾਸਟ ਹੈ ਸਾਡੇ ਪਿੱਛੇ ਹੈ, ਠੀਕ ਹੈ, ਪਾਸਟ ਦੇ ਵਿੱਚ ਬਹੁਤ ਕੁਛ ਹੋਇਆ ਬਚਪਨ ਦੇ ਵਿੱਚ, ਟੀਨੇਜ ਦੇ ਵਿੱਚ, ਔਰ ਬਹੁਤ ਵਾਰੀ ਤਾਂ ਪ੍ਰੋਜੈਕਟਡ ਐਨਰਜੀ ਸੀਗੀਆਂ, ਹੈ ਨਾ। ਮੈਂ ਜਨਰਲੀ ਆਪਣੀ ਕਲਾਸਿਸ 'ਚ ਕਹਿੰਦੀ ਕਿ ਬਹੁਤੀ ਵਾਰੀ ਤਾਂ ਅਸੀਂ ਆਪਣੀ ਰਿਐਲਿਟੀ 'ਚ ਜੀ ਨਹੀਂ ਰਹੇ, ਅਸੀਂ ਪ੍ਰੋਜੈਕਟਡ ਰਿਐਲਿਟੀਜ਼ 'ਚ ਜੀ ਰਹੇ ਹਾਂ। ਵਾਟ ਇਜ਼ ਪ੍ਰੋਜੈਕਟਡ ਰਿਐਲਿਟੀਜ਼? ਮੇਰੀ ਮਦਰ ਨੇ ਮੈਨੂੰ ਦੱਸਿਆ, ਜਾਂ ਤੁਹਾਡੀ ਮਦਰ ਨੇ ਤੁਹਾਨੂੰ ਦੱਸਿਆ, ਜਾਂ ਕਿਸੇ ਵੀ ਕੁੜੀ ਦੀ ਮਦਰ ਨੇ ਉਹਨੂੰ ਦੱਸਿਆ ਕਿ ਬੇਟਾ ਹਨੇਰੇ ਪਏ ਘਰ ਨਹੀਂ ਆਉਣਾ, ਇਟ ਇਜ਼ ਨੋਟ ਸੇਫ, ਠੀਕ ਹੈ। ਉਹ ਉਹਨਾਂ ਦੀ ਰਿਐਲਿਟੀ ਸੀ, ਠੀਕ ਹੈ, ਕਿਉਂਕਿ ਉਹਨਾਂ ਦੇ ਟਾਈਮ 'ਤੇ ਨਾ ਫੋਨ ਸੀ, ਨਾ ਓਲਾ ਸੀ, ਨਾ ਕੋਈ ਏਦਾਂ ਦਾ ਜ਼ਰੀਆ ਸੀ, ਹੈ ਨਾ। ਬਿਲਕੁਲ, ਮੋਸਟਲੀ ਪਿੰਡਾਂ ਥਾਵਾਂ 'ਚ ਇੰਨੇ ਟਰਾਂਸਪੋਰਟੇਸ਼ਨ ਦੇ ਸਾਧਨ ਨਹੀਂ ਸੀ, ਉਹਨਾਂ ਦੇ ਮਨ 'ਚ ਉਹ ਛਵੀ ਬੈਠੀ ਹੋਈ ਹੈ, ਉਹਨਾਂ ਦੀ ਪ੍ਰੋਜੈਕਟਡ ਰਿਐਲਿਟੀ ਹੈ, ਉਹਨਾਂ ਨੇ ਸਾਨੂੰ ਦੇ ਦਿੱਤੀ। ਹੁਣ ਤੁਸੀਂ, ਮੈਂ ਆਪਣੀ ਜ਼ਿੰਦਗੀ 'ਚ ਵੀ ਦੇਖਿਆ ਕਿ ਜਦੋਂ ਮੈਂ ਕਾਲਜ ਗਈ, ਹੈ ਨਾ, ਜਾਂ ਯੂਨੀਵਰਸਿਟੀ ਗਈ, ਜਾਂ ਉਸ ਤੋਂ ਬਾਅਦ ਮੈਂ ਜੋਬ ਕਰਨੀ ਸ਼ੁਰੂ ਕੀਤੀ, ਤੇ ਜਦੋਂ ਵੀ 6 ਜਾਂ 7 ਮੈਂ ਲੇਟ ਹੋ ਜਾਣਾ, ਹੈ ਨਾ, ਜਦੋਂ ਮੈਂ ਫੋਨ ਭਾਵੇਂ ਨਹੀਂ ਨਹੀਂ ਘਰੋਂ ਫੋਨ ਨਹੀਂ ਸੀ ਆਉਂਦਾ, ਉਹਨਾਂ ਨੂੰ ਦੇਵਰ ਰੋਕੇ ਕਿ ਉਹ ਗੱਲ ਕਹਿ ਕੇ ਭੁੱਲ ਚੁੱਕੇ ਸੀ। ਮੇਰੇ ਮਨ ਦੇ ਅੰਦਰ, ਮੇਰੇ ਬਾਲ ਮਨ ਦੇ ਅੰਦਰ ਉਹ ਚੀਜ਼ ਸੀ ਕਿ ਹਨੇਰੇ ਪਏ ਸੇਫਟੀ ਨਹੀਂ ਹੁੰਦੀ ਮੈਨੂੰ। ਹਾਲੇ ਵੀ 7 ਵਜੇ 6 ਵਜੇ ਹਨੇਰਾ ਪੈਣਾ, ਜਾਂ ਕਈ ਵਾਰੀ ਕੀ ਹੁੰਦਾ ਕਿ ਗਰਮੀ ਸਰਦੀਆਂ ਦੇ ਵਿੱਚ ਹਨੇਰਾ ਜਲਦੀ ਪੈ ਜਾਂਦਾ, ਜਲਦੀ ਪੈ ਜਾਂਦਾ, ਜਿੱਦਾਂ ਉਹ ਫਿਰ ਮੇਰੀ ਘੜੀ ਵੀ ਖਰਾਬ ਹੋ ਗਈ। ਮਤਲਬ ਮੈਨੂੰ ਇਹ ਨਹੀਂ ਕਿ 4 ਵਜੇ ਹੀ ਹੈ ਜਾਂ 5 ਵਜੇ ਹੀ ਹੈ, ਜਿੱਦਾਂ ਹੀ ਹਨੇਰਾ ਪੈਣਾ ਸ਼ੁਰੂ ਹੋ ਨਾ, ਮੇਰਾ ਦਿਮਾਗ ਤੱਕ ਕਿ ਸੇਫਟੀ ਨਹੀਂ ਹੈਗੀ, ਸੇਫਟੀ ਨਹੀਂ ਹੈਗੀ, ਸੇਫਟੀ ਨਹੀਂ। ਉਹ ਕੀ ਹੈ, ਮੇਰੇ ਅੰਦਰ ਦੇ ਅੰਦਰ ਉਹ ਡਰ ਬੈਠਾ ਹੋਇਆ। ਉਸ ਡਰ ਨੂੰ ਕੱਢਣ ਲਈ ਅਸੀਂ ਇੱਕ ਨਵੀਂ ਟੈਕਨੀਕ, ਮਤਲਬ ਡਰ, ਠੀਕ ਹੈ, ਉਹ ਐਂਕਰ ਹੈ। ਫਿਰ ਤੁਸੀਂ ਆਪਣੇ ਆਪਣੇ ਇੱਕ ਨਵੀਂ ਵਿਜੁਅਲਾਈਜੇਸ਼ਨ ਕਰਦੇ ਕਿ ਆਈ ਵਾਜ਼ ਅ ਸਮਾਲ ਚਾਈਲਡ ਜਦੋਂ ਆਈ ਵਾਜ਼ ਨਾਟ ਏਬਲ ਟੂ ਸੇਫ ਗਾਰਡ ਮਾਈ ਸੈਲਫ, ਠੀਕ ਹੈ, ਜਾਂ ਮੇਰੇ ਕੋਲ ਆਪਣਾ ਸਕੂਟਰ ਨਹੀਂ ਸੀ ਉਸ ਟਾਈਮ ਤੇ, ਜਾਂ ਮੇਰੀ ਮਦਰ ਕੋਲ ਸਕੂਟਰ ਨਹੀਂ ਸੀ, ਹੁਣ ਮੇਰੇ ਕੋਲ ਸਕੂਟਰ ਹੈ, ਮੇਰੇ ਕੋਲ ਫੋਨ ਹੈ, ਇਨ ਕੇਸ ਕੋਈ ਐਮਰਜੈਂਸੀ ਆਈ ਕੈਨ ਕਾਲ 100, ਠੀਕ ਹੈ, ਆਈ ਕੈਨ ਕਾਲ ਮਾਈ ਪੇਰੈਂਟ, ਆਈ ਕੈਨ ਕਾਲ ਮਾਈ ਬ੍ਰਦਰ, ਜਿਹਨੂੰ ਮਰਜ਼ੀ, ਜਦੋਂ ਤੁਸੀਂ ਉਹ ਚੀਜ਼ ਦੇਣੀ। ਐਂਡ ਦੂਸਰਾ ਇਹ ਵੀ ਦੈਟ ਨਾਓ ਆਈ ਕੈਨ ਹੈਂਡਲ, ਕੋਈ ਵੀ ਏਦਾਂ ਮੇਰੀ ਬਾਂਹ ਫੜ ਕੇ ਲਿਜਾ ਨਹੀਂ ਸਕਦਾ। ਦੂਸਰਾ ਨਾਓ ਮੈਂ ਨਾ ਸੇਫ ਜ਼ੋਨ, ਮੈਂ ਕਿਸੇ ਪਿੰਡ 'ਚ ਨਹੀਂ ਰਹਿ ਰਹੀ, ਮੈਨੂੰ ਕਿਸੇ ਨੇ ਰਸਤਿਆਂ ਤੋਂ ਜਾਣਾ ਨਹੀਂ ਪੈ ਰਿਹਾ, ਮੈਂ ਪੂਰੀ ਪ੍ਰੋਪਰ ਸਿਟੀ ਦੇ ਵਿੱਚੋਂ ਲੰਘ ਰਹੀ ਹਾਂ, ਲਾਈਟਾਂ ਸਾਰੇ ਪਾਸੇ, ਤੋ ਦੇਰ ਇਜ਼ ਨੋ ਫੀਅਰ। ਜਦੋਂ ਉਹ ਚੀਜ਼ ਆਪਣੇ ਮਨ 'ਚ ਵਾਰ ਵਾਰ ਰਿਪੀਟ ਕੀਤੀ ਔਰ ਉਹਨੂੰ ਵਿਜੁਅਲਾਈਜ਼ ਕੀਤਾ ਕਿ ਮੈਂ ਆਪਣੇ ਕੰਮ ਤੋਂ ਘਰ ਜਾ ਰਹੀ ਹਾਂ ਔਰ ਸਾਰੇ ਰਸਤੇ ਦੇ ਵਿੱਚ ਲਾਈਟਸ ਹੈ, ਬਹੁਤ ਸਾਰੇ ਲੋਕ ਨੇ, ਕੋਈ ਏਦਾਂ ਦੀ ਪ੍ਰੋਬਲਮ ਨਹੀਂ ਹੈ, ਠੀਕ ਹੈ, ਐਂਡ ਜਿਵੇਂ ਲੱਗਦਾ ਵੀ ਆਈ ਕੈਨ ਕਾਲ ਕਰ ਸਕਦੀ ਹਾਂ, ਤੋ ਚੇਂਜ ਹੋ ਗਿਆ, ਉਹ ਹੁਣ ਡਰ ਖਤਮ ਹੋ ਗਿਆ। ਹੁਣ ਇਸ ਏਜ ਦੇ ਵਿੱਚ ਜੇ ਮੈਂ 8 ਵਜੇ ਵੀ ਘਰ ਜਾਵਾਂ, 9 ਵਜੇ ਵੀ ਜਾਵਾਂ, ਮੈਨੂੰ ਕੋਈ ਟੈਨਸ਼ਨ ਨਹੀਂ। ਹੁਣ ਮੈਟਰੋ ਸਿਟੀਜ਼ 'ਚ ਹੈ, ਗਰਲਸ ਕਿੰਨੀ ਕਿੰਨੀ ਦੇਰ ਤੱਕ ਬਾਹਰ ਲੇਟ ਨਾਈਟ ਕੰਮ ਕਰਦੀਆਂ, ਜੌਬ ਕਰਦੀਆਂ, ਬਾਹਰ ਕੰਟਰੀ ਚਲੇ ਜਾਓ, ਹੁਣ ਨਾਈਟ ਸ਼ਿਫਟਸ ਹੁੰਦੀਆਂ ਜੌਬਸ ਦੀਆਂ, ਸਾਡੇ ਪੰਜਾਬੀ ਕੈਨੇਡਾ 'ਚ ਕਿੰਨੇ ਨੇ ਉਹ ਸਭ ਨਾਈਟ ਸ਼ਿਫਟ, ਈਵਨ ਕਿ ਇੱਥੇ ਵੀ ਜੇ ਕਹਿ ਲਈਏ ਕਿ ਹਸਪੀਟਲ ਦੀਆਂ ਜੌਬਸ ਨੇ ਜਾਂ ਨਰਸਿੰਗ ਜੌਬਸ ਨੇ, ਮਤਲਬ ਸ਼ਿਫਟ ਦੇ ਵਿੱਚ ਡਿਊਟੀਜ਼ ਲੱਗਦੀਆਂ। ਅੱਛਾ, ਤੁਹਾਨੂੰ ਮੈਂ ਇੱਕ ਇਹ ਵੀ ਗੱਲ ਦੱਸਦੀ ਹਾਂ, ਇਹ ਉਹੀ ਕੁੜੀਆਂ ਜਿਹੜੀਆਂ 7 ਵਜੇ 6 ਵਜੇ ਆਪਣੇ ਘਰ ਆਉਣ ਨੂੰ ਡਰਦੀਆਂ ਸੀ ਇੰਡੀਆ 'ਚ, ਉਹ 1 ਵਜੇ ਕੈਨੇਡਾ ਵਿੱਚ ਜੌਬ ਕਰ ਰਹੀ, ਕਿਉਂਕਿ ਉਹਨਾਂ ਨੇ ਇੱਕ ਨਵੀਂ ਥੋਟ ਕ੍ਰੀਏਟ ਕਰ ਲਿਆ ਕਿ ਇੰਡੀਆ ਸੇਫ ਨਹੀਂ ਸੀ, ਕੈਨੇਡਾ ਸੇਫ ਹੈ, ਠੀਕ ਹੈ। ਉਹਨਾਂ ਨੂੰ ਉਹ ਟੈਕਨੀਕ ਅਪਣਾਉਣ ਦੀ ਲੋੜ ਹੀ ਨਹੀਂ ਪਈ, ਕਿਉਂਕਿ ਉਹਨਾਂ ਦੇ ਮਨ 'ਚ ਆਟੋਮੈਟਿਕਲੀ ਉਹ ਚੀਜ਼ ਫੀਡ ਹੋ ਗਈ। ਹਾਂ, ਤੋ ਕਈ ਵਾਰੀ ਚੀਜ਼ਾਂ ਆਟੋਮੈਟਿਕਲੀ ਵੀ ਨਵੇਂ ਐਂਕਰ ਕ੍ਰੀਏਟ ਕਰ ਲੈਂਦੀਆਂ, ਕਈ ਵਾਰੀ ਸਾਨੂੰ ਆਪਣੀ ਪ੍ਰੋਬਲਮ ਸਮਝ ਕੇ ਨਵੇਂ ਐਂਕਰ ਕ੍ਰੀਏਟ ਕਰਨੇ ਪੈਂਦੇ ਆ। ਪਰ ਬਹੁਤ ਵਾਰੀ ਏਦਾਂ ਹੁੰਦਾ ਕਿ ਨੈਗੇਟਿਵਿਟੀ ਜਿਹੜੀ ਆ ਉਹ ਸਾਡੇ ਦਿਮਾਗ 'ਚੋਂ ਜਾਂ ਦਿਲ 'ਚੋਂ ਨਹੀਂ ਨਿਕਲਦੀ, ਜਾਂ ਸਿਚੁਏਸ਼ਨਸ ਜਿਹੜੀਆਂ ਏਦਾਂ ਦੀਆਂ ਬਣ ਜਾਂਦੀਆਂ, ਅਸੀਂ ਕਹਿ ਵੀ ਦਈਦਾ ਨਾਰਮਲੀ ਕਿ ਇਹ ਮੇਰੇ ਨਾਲ ਹੀ ਏਦਾਂ ਕਿਉਂ ਹੁੰਦਾ, ਬਿਲਕੁਲ ਹਰ ਵਾਰੀ ਮੇਰਾ ਹੀ ਮਾੜਾ ਕਿਉਂ ਹੁੰਦਾ। ਸੋ ਉਸ ਚੀਜ਼ ਤੋਂ ਕਿੱਦਾਂ ਬਾਹਰ ਨਿਕਲਿਆ ਜਾ ਸਕਦਾ? ਪਤਾ ਗੱਲ ਕੀ ਹੈ ਜਸਪ੍ਰੀਤ, ਗੱਲ ਹੋਈ ਹੈ ਕਿ ਵੇਅਰ ਐਵਰ ਯੂਰ ਫੋਕਸ ਗੋਜ਼ ਐਨਰਜੀ ਫਲੋਜ਼, ਠੀਕ ਹੈ। ਤੁਸੀਂ ਜਿਹੜੀ ਚੀਜ਼ ਨੂੰ ਜ਼ਿਆਦਾ ਫੋਕਸ ਕਰਨਾ ਸ਼ੁਰੂ ਕਰੋਗੇ ਨਾ, ਉਹ ਤੁਹਾਡੇ ਲਈ ਵੱਡੀ ਹੋਣੀ ਸ਼ੁਰੂ ਹੋ ਜਾਂਦੀ ਹੈ। ਬਹੁਤ ਵਾਰੀ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਮੰਨ ਲਓ ਕਿਸੇ ਯੰਗਸਟਰ ਦਾ ਰਿਲੇਸ਼ਨ ਖਰਾਬ ਹੋ ਜੇ, ਹੈ ਨਾ, ਜਾਂ ਕਿਸੇ ਯੂ ਨੋ ਨਿਊਲੀ ਵੈਡ ਕਪਲ ਨੇ ਰਿਲੇਸ਼ਨ ਖਰਾਬ ਹੋ ਜੇ, ਉਹਨਾਂ ਕੋਲ ਪੈਸਾ ਵੀ ਹੈ, ਹੈਲਦੀ ਵੀ ਨੇ, ਸਭ ਕੁਛ ਹੈ, ਪਰ ਉਹਨਾਂ ਨੂੰ ਨਾ ਹਨੇਰਾ ਨਜ਼ਰ ਆਉਣਾ ਪੈਂਦਾ, ਕਿਉਂਕਿ ਉਹਨਾਂ ਨੇ ਫੋਕਸ ਕਿੱਥੇ ਕਰਤਾ? ਰਿਲੇਸ਼ਨਸ਼ਿਪ ਦੇ, ਠੀਕ ਹੈ, ਫੋਕਸ ਜਿੱਥੇ ਚਲਾ ਗਿਆ ਉਹ ਵੱਡੀ ਹੋ ਗਈ, ਬਾਕੀ ਦੀਆਂ ਚੀਜ਼ਾਂ ਉਹਨਾਂ ਨਜ਼ਰ ਹੀ ਨਹੀਂ ਆ ਰਹੀਆਂ। ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ, ਜਿੱਦਾਂ ਅਸੀਂ ਬਹੁਤ ਸਾਰੀ ਖਬਰਾਂ ਪੜ੍ਹਦੇ ਹਾਂ, ਬਹੁਤ ਹੀ ਦੁਖਦਾਈ ਖਬਰਾਂ ਕਿ ਬੱਚੇ ਸੁਸਾਈਡ ਕਰ ਲੈਂਦੇ, ਹੈ ਨਾ,
ਉਹ ਬਹੁਤ ਵਾਰੀ ਇਹੋ ਜਿਹੇ ਬੱਚੇ ਜਿਨ੍ਹਾਂ ਦੇ ਘਰ ਸਭ ਕੁਝ ਵਧੀਆ ਆ, ਉਹਨਾਂ ਦੇ ਪੇਰੈਂਟਸ ਵੀ ਫਰੈਂਡਲੀ ਨੇ, ਉਹਨਾਂ ਦੇ ਕੋਈ ਏਦਾਂ ਦੀ ਵੀ ਗੱਲ ਨਹੀਂ ਕਿ ਉਹ ਦੁਬਾਰਾ ਪੇਪਰ ਨਹੀਂ ਦਵਾ ਸਕਦੇ, ਇੱਦਾਂ ਤਾਂ ਕੁਛ ਨਹੀਂ, ਪਰ ਉਹਨਾਂ ਨੇ ਫੋਕਸ ਏਰੀਆ ਬਣਾ ਲਿਆ ਕਿ ਮੈਂ ਫੇਲ ਹੋ ਗਿਆ ਤੇ ਮੈਂ ਫੇਲੀਅਰ ਹਾਂ ਤੇ ਮੈਂ ਹੁਣ ਫੇਸ ਨਹੀਂ ਕਰ ਸਕਦਾ, ਉਹਨੇ ਉਸ ਗੋਲੇ ਨੂੰ ਵੱਡਾ ਕਰ ਲਿਆ। ਠੀਕ ਹੈ, ਜਦੋਂ ਤੁਸੀਂ ਅਪਰਚੁਨਿਟੀਜ਼ ਨਹੀਂ ਦੇਖੀਆਂ, ਬਾਕੀ ਨਹੀਂ ਦੇਖਿਆ ਹੈ ਨਾ, ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਬਹੁਤ ਸਪੈਸ਼ਲੀ ਸੁਸਾਈਡਲ ਕੇਸਿਸ 'ਚ ਇਦਾਂ ਹੀ ਹੁੰਦਾ, ਤੁਸੀਂ ਅਗਰ ਦੇਖੋ ਚੀਜ਼ ਦਿਮਾਗ 'ਚ ਬੈਠ ਜਾਂਦੀ ਬਸ ਉਹਦੇ ਬਾਰੇ ਸੋਚੀ ਜਾਣਾ ਸੋਚਣਾ ਨਾ, ਆਪਣੇ ਆਪ ਨੂੰ ਫਿਲਮ ਸਟਾਰਸ ਨੂੰ ਵੇਖਦੇ ਆ ਕਿੰਨੇ ਫਿਲਮ ਸਟਾਰਸ ਸੁਸਾਈਡ ਕਰ ਚੁੱਕੇ ਆ, ਪਰ ਤੁਸੀਂ ਉਹਨਾਂ ਦੀ ਲਾਈਫ 'ਚ ਦੇਖੋਗੇ ਤਾਂ ਤੁਹਾਨੂੰ ਲੱਗੂ ਯਾਰ ਆਹ ਵੀ ਸੀਗਾ, ਦੇਖੋ ਆਹ ਵੀ ਸੀਗਾ, ਗੱਲ ਕਰਨ ਵਾਲੇ ਲੋਕ ਵੀ ਸੀਗੇ, ਇਹ ਨਿਕਲਿਆ ਕਿਉਂ ਨਹੀਂ, ਕਿਉਂਕਿ ਉਹਨੇ ਉਸ ਯੂ ਨੋ ਫੋਕਸ ਏਰੀਆ ਦੇ ਉੱਤੇ ਉਹ ਬਹਿ ਗਿਆ ਤੇ ਉਹ ਉੱਥੇ ਹਨੇਰਾ ਨਜ਼ਰ ਆ ਰਿਹਾ ਸੀ। ਠੀਕ ਹੈ, ਇਸ ਚੀਜ਼ ਤੋਂ ਬਾਹਰ ਆਉਣ ਲਈ ਨਾ ਥੈਰੇਪੀ ਤੁਹਾਡੀ ਹੈਲਪ ਕਰਦੀ ਹੈ, ਕਾਉਂਸਲਿੰਗ ਤੁਹਾਡੀ ਹੈਲਪ ਕਰਦੀ ਹੈ, ਉਹ 'ਚ ਕੀ ਹੈ ਕਿ ਤੁਸੀਂ ਅਗੇਨ ਮੈਂ ਜਿਵੇਂ ਤੁਹਾਨੂੰ ਕਿਹਾ ਨਾ ਕਿ ਸਾਡਾ ਜਿਹੜਾ ਮਾਇੰਡ ਹੈ ਨਾ ਉਹ ਵਿਜੁਅਲ ਹੈ, ਉਹ ਪਿਕਚਰਸ ਕ੍ਰੀਏਟ ਕਰਦਾ। ਜੇ ਮੈਂ ਫੋਰ ਐਗਜ਼ਾਮਪਲ ਤੁਹਾਨੂੰ ਪੁੱਛਾਂ ਜਸਪ੍ਰੀਤ ਕਿ ਜਸਪ੍ਰੀਤ ਹਾਊ ਇਜ਼ ਯੋਰ ਲਾਈਫ, ਠੀਕ ਹੈ, ਵਟ ਵਿਲ ਬੀ ਯੋਰ ਆਨਸਰ, ਕੀ ਆਨਸਰ ਹੈ ਤੁਹਾਡਾ? ਬਹੁਤ ਵਧੀਆ, ਬਹੁਤ ਵਧੀਆ। ਹੁਣ ਬਹੁਤ ਵਧੀਆ, ਜਿਵੇਂ ਤੁਸੀਂ ਕੋ ਇਮੇਜਿਨ ਕਰਨਾ ਹੈ, ਵਟ ਪਿਕਚਰ ਡਜ਼ ਇਟ? ਮੈਂ ਖੁਸ਼ ਆ, ਮੇਰੀ ਫੈਮਿਲੀ ਦੇ ਵਿੱਚ ਸਾਰੇ ਖੁਸ਼ ਆ, ਮੇਰਾ ਰਿਲੇਸ਼ਨਸ਼ਿਪ ਹੈਲਦੀ ਆ, ਮਤਲਬ ਸਿਹਤ ਪੱਖੋਂ ਵੀ ਮਤਲਬ ਹੈਲਦੀ ਆ। ਜਦੋਂ ਆਪਾਂ ਗੱਲ ਕਰਦੇ ਨਾ ਸਟੈਟਿਕ, ਤੁਸੀਂ ਆਪਾਂ ਸੋਚਦੇ ਆ ਨਾ, ਤੁਸੀਂ ਇੱਕ ਪਿਕਚਰ ਕ੍ਰੀਏਟ ਕਰਦੇ ਹੋ ਦੈਟ ਯੂ ਆਰ ਸਿਟਿੰਗ ਵਿਦ ਯੋਰ ਫੈਮਿਲੀ ਐਂਡ ਯੂ ਆਰ ਹੈਪੀ ਆ, ਜਾਂ ਤੁਸੀਂ ਉਹਨਾਂ ਨਾਲ ਕਿਤੇ ਘੁੰਮਣ ਫਿਰਨ ਜਾ ਰਹੇ ਹੋ, ਯੂ ਆਰ ਵੇਅਰਿੰਗ ਨਾਈਸ ਕਲੋਥਸ, ਆਹ ਪਿਕਚਰ ਆਈ ਨਾ। ਠੀਕ ਹੈ, ਬਹੁਤ ਹੀ ਵਾਰੀ ਜਦੋਂ ਆਪਾਂ ਸਹੀ ਮਨ ਦੀ ਸਥਿਤੀ ਮਨੋਸਥਿਤੀ 'ਚ ਨਹੀਂ ਹੁੰਦੇ, ਬਹੁਤ ਹੀ ਲੋਕ ਕਹਿੰਦੇ ਮੇਰੀ ਜ਼ਿੰਦਗੀ ਖਰਾਬ ਹੈ, ਤਾਂ ਜਦੋਂ ਖਰਾਬ ਉਹਨਾਂ ਨੂੰ ਰੋਟਨ ਨਜ਼ਰ ਆਉਂਦਾ ਹੈ ਕਿ ਬਹੁਤ ਕੋਈ ਗੰਦੀ ਜਗ੍ਹਾ ਜਾਂ ਸਮੈਲ ਆ ਰਹੀ ਹੈ ਜਾਂ ਕੋਈ ਸੜੇ ਹੋਏ ਫਰੂਟ ਪਏ ਹੈ ਜਾਂ ਯੂ ਨੋ ਕੋਈ ਬਹੁਤ ਹਨੇਰਾ ਕਮਰਾ ਆ, ਉਹ ਚੀਜ਼ਾਂ ਵੀ ਸਾਨੂੰ ਉਦਾਂ ਦੀਆਂ ਦਿਸਣ ਲੱਗ ਜਾਂਦੀਆਂ। ਹਾਂ, ਉਹ ਤੁਹਾਡਾ, ਤੁਸੀਂ ਹੁਣ ਇਹੋ ਜਿਹੇ ਇੱਕ ਬੰਦੇ ਨੂੰ ਕਹੋ ਨਾ ਵੀ ਤੂੰ 4 ਦਿਨ 5 ਦਿਨ ਜਾਂ ਥੈਰੇਪੀ ਦੇ ਦੌਰਾਨ ਸਿਰਫ ਜਾਂ ਕਾਉਂਸਲਿੰਗ ਦੇ ਦੌਰਾਨ ਸਿਰਫ ਇਹ ਇਮੈਜਿਨ ਕਰਨਾ ਹੈ ਲਾਈਫ ਇਜ਼ ਇਕੁਅਲ ਟੂ ਅ ਗਾਰਡਨ ਆਫ ਰੋਜ਼ਿਸ, ਅ ਗਾਰਡਨ ਆਫ ਫਲਾਵਰਸ। ਸੋ ਤੁਸੀਂ ਗਾਈਡਡ ਮੈਡੀਟੇਸ਼ਨਸ ਦੇ ਨਾਲ ਜਾਂ ਵਿਜੂਅਲਾਈਜੇਸ਼ਨ ਪ੍ਰੈਕਟਿਸਿਸ ਦੇ ਨਾਲ ਉਹਨੂੰ ਕਹਿ ਕਿ ਤੂੰ ਇਹ ਸੋਚਣਾ ਮਾਈ ਲਾਈਫ ਇਜ਼ ਅ ਗਾਰਡਨ ਆਫ ਬਿਊਟੀਫੁਲ ਫਲਾਵਰਸ। ਉਸ ਵਿਜ਼ਨ ਨੂੰ ਵਾਰ 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 ਕ੍ਰੀਏਟ ਕਰੋ, ਤੁਸੀਂ ਦੇਖੋਗੇ ਤੁਹਾਡਾ ਸੈਂਸਰੀ ਐਕਸਪੀਰੀਅੰਸ ਵੀ ਚੇਂਜ ਹੋਣਾ ਸ਼ੁਰੂ ਹੋਗਾ, ਤੁਹਾਨੂੰ ਕਲਰ ਦਿਖਣੇ ਸ਼ੁਰੂ ਹੋ ਜਾਣਗੇ ਰੰਗ ਬਿਰੰਗੇ ਬ੍ਰਾਈਟ ਕਲਰਸ। ਠੀਕ ਹੈ, ਤੁਹਾਨੂੰ ਹੋ ਸਕਦਾ ਖੁਸ਼ਬੂ ਵੀ ਆਉਣੀ ਸ਼ੁਰੂ ਹੋ ਜਾਏ, ਟੱਚ ਫੀਲ ਹੋਣਾ ਸ਼ੁਰੂ ਹੋ ਜਾਏ। ਜੇ ਤੁਸੀਂ ਇਸ ਪ੍ਰੈਕਟਿਸ ਨੂੰ ਵਾਰ 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 ਕਰੋਗੇ ਨਾ, ਤੁਹਾਡਾ ਵਿਜ਼ਨ ਟੁਵਰਡ ਦ ਥਿੰਗ ਹੋ ਜਾਏਗਾ, ਵਿਲ ਸ਼ਿਫਟ। ਸੋ ਅਸੀਂ ਪ੍ਰੀਡੋਮੀਨੈਂਟਲੀ ਕੌਨਸ਼ੀਅਸਲੀ ਵੀ ਆਪਣੇ ਪਾਸਟ ਨੂੰ ਚੇਂਜ ਕਰ ਸਕਦੇ ਹਾਂ, ਕਿਉਂਕਿ ਅਸੀਂ ਪਾਸਟ ਦੇ ਨਾਲ ਰੋਂਗ ਚੀਜ਼ਾਂ, ਕਿਉਂਕਿ ਮੇਰੀ ਜ਼ਿੰਦਗੀ 'ਚ ਕੁਝ ਚੰਗਾ ਨਹੀਂ ਹੋਇਆ ਤੇ ਮੇਰੀ ਜ਼ਿੰਦਗੀ ਚੰਗੀ ਨਹੀਂ। ਮੈਂ ਬਹੁਤ ਸਾਰੇ ਲੋਕਾਂ ਦੇਖਦੀ ਹਾਂ ਕਿ 2 ਵਾਰੀ ਫੇਲ ਹੋ ਗਏ, ਆਈ ਐਮ ਅ ਫੇਲੀਅਰ। ਠੀਕ ਹੈ, ਥੋੜ੍ਹਾ ਜਿਹਾ ਪੈਸੇ ਦਾ ਨੁਕਸਾਨ ਹੋ ਗਿਆ, ਮੇਰੇ ਕੋਲ ਤਾਂ ਪੈਸਾ ਬਚਦਾ ਹੀ ਨਹੀਂ, ਬਚਦਾ ਹੀ ਨਹੀਂ। ਠੀਕ ਹੈ, ਮਤਲਬ ਜਾਂ ਕਿਸੇ ਨੇ ਦੋ ਜਣੇ ਨੇ ਧੋਖਾ ਦਿੱਤਾ ਜਾਂ 2 ਜਣੇ ਨੇ ਚੁਗਲੀ ਕਰਤਾ, ਦੁਨੀਆ ਬੜੀ ਮਾੜੀ ਹੈ, ਤੁਸੀਂ ਕਿਸੇ ਵਿਸ਼ਵਾਸ ਨਹੀਂ। ਮਤਲਬ ਅਸੀਂ 2 ਜਣਿਆਂ ਤੇ ਦੁਨੀਆ ਕਹਿ ਲਓ ਕਿ ਅੰਦਾਜ਼ਾ ਲਾ ਲਿਆ ਕਿ 2 ਬੰਦੇ ਜਿਹੜੀ ਮੇਰੀ ਦੁਨੀਆ ਹੋ ਸਕਦੇ ਨੇ, ਔਰ ਇਹੀ ਚੰਗੇ ਨੇ ਤੇ ਮੇਰੀ ਦੁਨੀਆ ਚੰਗੀ ਹੈ, ਜੇ ਮਾੜੇ ਨੇ ਤੇ ਮੇਰੀ ਦੁਨੀਆ ਮਾੜੀ ਹੈ। ਕੀ ਕਰਤਾ ਇੰਨੇ ਤੋਂ ਇੰਨਾ ਬਣਾਤਾ। ਸੋ ਬਹੁਤ ਸਾਰੀਆਂ ਟੈਕਨੀਕਸ ਹੈ ਜਿਨ੍ਹਾਂ ਨੂੰ ਅਸੀਂ ਵਾਪਸ ਉੱਥੇ ਲੈ ਕੇ ਆ ਸਕਦੇ ਹਾਂ। ਠੀਕ ਹੈ, ਕਿ ਆਪਾਂ ਹਮੇਸ਼ਾ ਕਹਿੰਦੇ ਨਾ ਸਾਰੀ ਦੁਨੀਆ ਮੇਰੇ ਅਗੇਂਸਟ ਹੈ, ਤੁਸੀਂ ਬੜੀ ਵਾਰ ਸੁਣਿਆ ਹੋਗਾ ਕਿ ਸਾਰਾ ਜ਼ਮਾਨਾ ਹੀ ਮੇਰੇ ਅਗੇਂਸਟ ਹੈ। ਹੁਣ ਇੱਕ ਪੂਰੀ ਦੁਨੀਆ ਦੇ ਵਿੱਚ 8 ਬਿਲੀਅਨ ਲੋਕ, ਕਿੰਨੇ ਲੋਕ ਤੁਹਾਡੇ ਅਗੇਂਸਟ ਹੈ? ਕਿੰਨੇ ਲੋਕ? 4-5। ਐਡੀ ਵੱਡੀ ਦੁਨੀਆ, 8 ਮਿਲੀਅਨ ਲੋਕ, ਉਹ ਤੁਹਾਨੂੰ ਜਾਣਦੇ? ਸਾਰੇ ਜਾਣਦੇ ਹੀ ਨਹੀਂ। ਪੂਰਾ ਇੰਡੀਆ ਤੁਹਾਨੂੰ ਜਾਣਦਾ? ਜਾਣਦਾ ਹੀ ਨਹੀਂ। ਪੂਰਾ ਪੰਜਾਬ ਤੁਹਾਨੂੰ ਜਾਣਦਾ? ਨਹੀਂ ਜਾਣਦਾ। ਪੂਰਾ ਜਲੰਧਰ ਤੁਹਾਨੂੰ ਜਾਣਦਾ? ਨਹੀਂ ਜਾਣਦਾ। ਜੇ ਤੁਹਾਨੂੰ ਜਾਣਦੇ ਹੀ ਨਹੀਂ, ਤੁਹਾਡੇ ਅਗੇਂਸਟ ਕਿੱਦਾਂ ਆ? ਠੀਕ ਹੈ, ਔਰ ਬਹੁਤ ਹੀ ਵਾਰੀ ਲੋਕ ਇਸੇ ਕਲਪਨ 'ਚ ਹੀ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਆ, ਈਵਨ ਤੁਹਾਡੀਆਂ ਯੂ ਨੋ ਫਿਜ਼ੀਕਲ ਹੈਲਥ। ਇਸੇ ਕਰਕੇ ਮੈਂ ਨਾ ਚੱਕਰਾ ਸਾਇੰਸ ਪੜ੍ਹਾਉਂਦੀ ਹਾਂ, ਠੀਕ ਹੈ, ਚੱਕਰਾ ਹੀਲਿੰਗ ਵੀ ਪੜ੍ਹਾਉਂਦੀ ਹਾਂ, ਅਤੇ ਮੈਂ ਇੱਕ ਸ਼ੇਅਰ ਸੁਣਾਉਂਦੀ ਹੁੰਦੀ ਉਸ ਕਲਾਸ 'ਚ, ਸਾਨੂੰ ਵੀ ਸੁਣਾਓ। ਹਾਂ ਬਿਲਕੁਲ, ਉਹ ਸੀਗਾ ਕਿ ਅਗਰ ਦਿਲ ਨਾ ਖੋਲਾ ਯਾਰੋਂ ਕੇ ਸਾਥ ਤੋ ਖੋਲਣਾ ਪੜੇਗਾ ਔਜ਼ਾਰੋਂ ਕੇ ਸਾਥ। ਠੀਕ ਹੈ, ਤੇ ਇਹ ਐਕਚੁਅਲੀ ਫੈਕਟ ਹੈ। ਤੁਸੀਂ ਨਾ ਕਦੇ ਸਰਚ ਕਰਕੇ ਦੇਖਿਓ, ਬਹੁਤੇ ਲੋਕ ਨਾ ਜਿਹੜੇ ਇਮੋਸ਼ਨਸ ਨੂੰ ਅੰਦਰ ਰੱਖਦੇ ਆ, ਮੈਂ ਕਹਿੰਦੇ ਹਾਰਟ ਚੱਕਰਾ ਬਲੋਕਡ ਹੈ ਜਿਹਨਾਂ ਦਾ। ਠੀਕ ਹੈ ਨਾ, ਜਿਹੜੇ ਲੋਕ ਨਾ ਆਪਣੇ ਦਿਲ ਦੀਆਂ ਗੱਲਾਂ ਦਿਲ 'ਚ ਰੱਖਦੇ ਜਾਂ ਬਾਹਰ ਕੱਢ ਨਹੀਂ ਪਾਉਂਦੇ ਇਮੋਸ਼ਨਸ ਨੂੰ, ਉਹਨਾਂ ਨੂੰ ਕਾਰਡੀਅਕ ਅਰੈਸਟ, ਦਿਲ ਦੀਆਂ ਬਿਮਾਰੀਆਂ, ਚੈਸਟ ਕੰਜਸ਼ਨ, ਇਦਾਂ ਦੀ ਜ਼ਿਆਦਾ ਆਉਂਦੀਆਂ। ਬਿਲਕੁਲ ਬਿਲਕੁਲ, ਇਹ ਔਰ ਇਹ ਸ਼ੇਅਰ ਤਾਂ ਮੈਂ ਨਹੀਂ ਲਿਖਿਆ ਨਾ ਕਿ ਅਗਰ ਦਿਲ ਨਾ ਖੋਲਾ ਯਾਰੋ ਕੇ ਸਾਥ ਤੋ ਖੋਲਣਾ ਪੜੇਗਾ, ਕਿ ਮਤਲਬ ਤੁਸੀਂ ਆਪਣਾ ਹਾਰਟ ਚੱਕਰਾ ਹੀਲ ਨਹੀਂ ਕੀਤਾ, ਡਾਕਟਰ ਕੋਲ ਤੇ ਜਾਣਾ ਹੀ ਪੈਣਾ, ਫਿਰ 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 ਉਹਨਾਂ ਨਾਲ ਔਜ਼ਾਰਾਂ ਨਾਲ ਖੁਲਵਾਇਓ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਇੰਟਰਰਿਲੇਟਡ ਹੈ, ਤੁਹਾਡੀ ਐਨਰਜੀ, ਤੁਹਾਡਾ ਮਨ, ਤੁਸੀਂ ਕਿਹੜੇ ਸ਼ਬਦ ਬੋਲਦੇ ਹੋ, ਕਿਹੜੇ ਸ਼ਬਦ ਇਸਤੇਮਾਲ ਕਰਦੇ ਹੋ ਆਪਣੇ ਲਈ। ਅਸੀਂ ਅਕਸਰ ਹੀ ਕਹਿੰਦੇ ਹਾਂ ਮੈਂ ਵਿਚਾਰੀ, ਮੈਂ ਵਿਚਾਰੀ, ਮੇਰੇ ਨਾਲ ਸਾਰੇ ਇੱਦਾਂ ਹੀ ਕਰਦੇ ਆ। ਤੁਸੀਂ ਆਪਣੇ ਆਪ ਨੂੰ ਇੱਕ ਕੀ
ਪਿਕਚਰ ਦੇ ਰਹੇ ਹੋ ਮੈਂ ਵਿਚਾਰੀ ਜਦੋਂ ਵੀ ਤੁਸੀਂ ਕੋਈ ਇਹੋ ਜਿਹਾ ਕੰਮ ਕਰਨਾ ਚਾਹੋਗੇ ਨਾ ਜਿੱਥੇ ਤੁਸੀਂ ਆਪਣੀ ਕੈਪੇਬਿਲਿਟੀ ਤੋਂ ਥੋੜਾ ਵੱਧ ਕਰਨਾ ਤੁਸੀਂ ਕਰ ਹੀ ਨਹੀਂ ਪਾਓਗੇ ਕਿਉਂਕਿ ਤੁਹਾਡੇ ਅੰਦਰ ਇੱਕ ਆਵਾਜ਼ ਬੈਠੀ ਹੈ ਮੈਂ ਵਿਚਾਰੀ ਮੈਂ ਇੰਨਾ ਕਿਲੋ ਭਾਰ ਨਹੀਂ ਚੱਕ ਸਕਦੀ ਮੈਂ ਪੌੜੀਆਂ ਨਹੀਂ ਚੜ ਸਕਦੀ ਮੈਂ ਇਹ ਨਹੀਂ ਕਰ ਸਕਦੀ ਮੈਂ ਇੰਨਾ ਪੈਸਾ ਨਹੀਂ ਕਮਾ ਸਕਦੀ ਆ ਗਿਆ ਤੇ ਫਿਰ ਕਿਉਂਕਿ ਮੈਂ ਵਿਚਾਰੀ ਹਾਂ ਨਾ ਠੀਕ ਹੈ ਸੋ ਜਦੋਂ ਤੁਸੀਂ ਉਸ ਵਿਚਾਰਗੀ ਨੂੰ ਪਿੱਛੇ ਛੱਡ ਕੇ ਕਰ ਦੋ ਠੀਕ ਹੈ ਇੱਕ ਹੋਰ ਐਗਜ਼ਾਮਪਲ ਦਊਂਗੀ ਮੈਂ ਹਰ ਇਨਸਾਨ ਨਾ ਬਹੁਤ ਕੁਛ ਕਰਨ ਲਈ ਕੈਪੇਬਲ ਹੈ ਬਹੁਤ ਕੁਛ ਅਸੀਂ ਹਾਲੇ ਵੀ ਮੈਂ ਵੀ ਤੁਸੀਂ ਵੀ ਬਹੁਤ ਸਾਰੇ ਲੋਕ ਆਪਣੀ ਨਾ 40-50% ਵੀ ਕੈਪੇਬਿਲਿਟੀ ਯੂਜ਼ ਨਹੀਂ ਕਰ ਰਹੇ ਤੁਸੀਂ ਇੱਕ ਫਿਲਮ ਦੇਖੀ ਹੋਣੀ ਭੂਲ ਭੁਲੱਈਆ ਜੀ ਅਕਸ਼ੇ ਕੁਮਾਰ ਵਾਲੀ ਵਿਦਿਆ ਬਾਲਨ ਵਾਲੀ ਉਹਦੇ ਚ ਨਾ ਜਿਹੜੀ ਵਿਦਿਆ ਬਾਲਨ ਸੀ ਉਹ ਸਪਲਿਟ ਪਰਸਨੈਲਿਟੀ ਦੀ ਸ਼ਿਕਾਰ ਹੁੰਦੀ ਹੈ ਠੀਕ ਹੈ ਪਰ ਉਹਨੂੰ ਲੱਗਦਾ ਕਿ ਉਹ ਚ ਮੰਜੁਲਿਕਾ ਆ ਜਾਂਦੀ ਹੈ ਹਨਾ ਕਿ ਉਹ ਹਨਾ ਇੱਕ ਸੋਲ ਆ ਜਾਂਦੀ ਹੈ ਜਦੋਂ ਵੀ ਉਹ ਮੰਜੁਲਿਕਾ ਵਾਲੀ ਸਟੇਟ ਚ ਜਾਂਦੀ ਹੈ ਨਾ ਉਹ ਪਾਵਰਫੁਲ ਹੋ ਜਾਂਦੀ ਹੈ ਉਹ ਚ ਇੱਕ ਸੀਨ ਸੀਗਾ ਜਿੱਥੇ ਵਿਦਿਆ ਬਾਲਨ ਜਦੋਂ ਉਹ ਸਪਲਿਟ ਪਰਸਨੈਲਿਟੀ ਵਿੱਚ ਸੀਗੀ ਉਹ ਮੰਜੁਲਿਕਾ ਦੇ ਫਾਰਮ ਚ ਸੀਗੀ ਉਹ ਇੱਕ ਬਹੁਤ ਭਾਰਾ ਪਲੰਘ ਨਾ ਇੱਕ ਆਂਦਾ ਚੱਕ ਦਿੰਦੀ ਹੈ ਉਹ ਜਿੱਦਾਂ ਹੀ ਆ ਕੇ ਉਹਨੂੰ ਆਵਾਜ਼ ਮਾਰਦੇ ਉਹਦਾ ਹਸਬੈਂਡ ਤੇ ਅਕਸ਼ੇ ਕੁਮਾਰ ਉਹ ਨਾ ਹੀ ਸੁੱਟ ਦਿੰਦੀ ਤੇ ਫਿਰ ਉਸਦੀ ਕਿ ਮੈਂ ਕਿੱਦਾਂ ਕੀਤਾ ਹੈ ਕਿਉਂਕਿ ਐਜ਼ ਅ ਸਿੰਪਲ ਪਰਸਨ ਸ਼ੀ ਕਾਂਟ ਡੂ ਦਿਸ ਬਟ ਜਦੋਂ ਉਹਨੂੰ ਲੱਗਦਾ ਹੈ ਕਿ ਮੈਂ ਮੇਰੇ ਅੰਦਰ ਦੀ ਮੰਜੁਲਿਕਾ ਹੈ ਠੀਕ ਹੈ ਉਹਦਾ ਸਬਕੌਨਸ਼ੀਅਸ ਮਾਈਂਡ ਹਾਂ ਤੇ ਸਰੀਰ ਤਾਂ ਉਹੀ ਹੈ ਨਾ ਬਿਲਕੁਲ ਇਹ ਹੋ ਜਾਂਦਾ ਹੈ ਤਾਂ ਬੇਸਿਕਲੀ ਗੱਲ ਇਹ ਹੈ ਕਿ ਅਸੀਂ ਸਾਡਾ ਮਨ ਜੋ ਅੰਦਰੋਂ ਸਮਝ ਲੈਂਦਾ ਜਿੱਦਾਂ ਦੀ ਪਿਕਚਰ ਕ੍ਰੀਏਟ ਕਰ ਲੈਂਦਾ ਨਾ ਔਰ ਇੱਕ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਲੜਕੇ ਦੀ ਵੀਡੀਓ ਹੈ ਬੜੀ ਪਿਆਰੀ ਜਿਹੀ ਉਹ ਕਹਿ ਰਹੇ ਹੁੰਦੇ ਐਫਰਮੇਸ਼ਨ ਹੈ ਆਈ ਐਮ ਸਮਾਰਟ ਆਈ ਐਮ ਬਲੈਸਡ ਆਈ ਕੈਨ ਡੂ ਐਨੀਥਿੰਗ ਬਿਲਕੁਲ ਉਹ ਛੋਟੇ ਬੱਚੇ ਦੇ ਦਿਮਾਗ ਦੇ ਵਿੱਚ ਇਹ ਚੀਜ਼ ਭਰੀ ਹੋਈ ਆ ਤਾਂ ਮੋਸਟਲੀ ਮੈਂ ਉਹਨੂੰ ਦੇਖਦੀ ਹੁੰਦੀ ਤੇ ਬੜੀ ਪੋਜ਼ਿਟਿਵਿਟੀ ਦਿੰਦੀ ਆ ਸੋ ਮੈਨੂੰ ਲੱਗਦਾ ਕਿ ਸ਼ਾਇਦ ਸਾਨੂੰ ਸਾਰਿਆਂ ਨੂੰ ਇੱਦਾਂ ਸੋਚਣਾ ਚਾਹੀਦਾ ਕਿਉਂਕਿ ਸਾਡੇ ਕੋਲ ਕੀ ਨਹੀਂ ਹੈ ਦੇਖੋ ਅਸੀਂ ਸਭ ਕੁਝ ਕਰ ਸਕਦੇ ਹਾਂ ਮੈਨੂੰ ਲੱਗਦਾ ਬਿਲਕੁਲ ਜਸਪੀ ਪਤਾ ਕੀ ਹੈ ਦਿਸ ਇਜ਼ ਆਲਸੋ ਕਾਲਡ ਲਾਅ ਆਫ ਵਾਈਬ੍ਰੇਸ਼ਨ ਜਿਹੜੇ ਵੀ ਸਾਡੇ ਵਰਡਸ ਅਸੀਂ ਯੂਜ਼ ਕਰਦੇ ਜਿਹੜੇ ਵੀ ਸ਼ਬਦ ਅਸੀਂ ਯੂਜ਼ ਕਰਦੇ ਨਾ ਉਹਨਾਂ ਦੀ ਇੱਕ ਵਾਈਬ੍ਰੇਸ਼ਨ ਹੈ ਜਿਹੋ ਜਿਹੇ ਸ਼ਬਦ ਤੁਸੀਂ ਵਾਰ-ਵਾਰ ਯੂਜ਼ ਕਰੋਗੇ ਨਾ ਸ਼ਬਦ ਮਰਦੇ ਨਹੀਂ ਐਨਰਜੀ ਕਾਂਟ ਡਾਈ ਠੀਕ ਹੈ ਨਾ ਉਹ ਤੁਹਾਡੇ ਵੋਰਟੈਕਸ ਮਤਲਬ ਤੁਹਾਡੇ ਐਨਰਜੀ ਫੀਲਡ 'ਚ ਹੀ ਰਹਿੰਦੇ ਆ ਜੇ ਤੁਸੀਂ ਸਾਰਾ ਦਿਨ ਨੈਗੇਟਿਵ ਵਾਈਬਸ ਕ੍ਰੀਏਟ ਕਰਦੇ ਨਾ ਤਾਂ ਤੁਸੀਂ ਇੱਕ ਨੈਗੇਟਿਵ ਵੋਰਟੈਕਸ ਕ੍ਰੀਏਟ ਕਰ ਲੈਂਦੇ ਆ ਆਪਣੇ ਆਲੇ ਦੁਆਲੇ ਠੀਕ ਹੈ ਜੇ ਤੁਸੀਂ ਪੋਜ਼ਿਟਿਵ ਵਰਡ ਯੂਜ਼ ਕਰਦੇ ਆ ਤਾਂ ਤੁਹਾਡਾ ਵੋਰਟੈਕਸ ਵੀ ਪੋਜ਼ਿਟਿਵ ਹੋ ਜਾਂਦਾ ਜੇ ਤੁਹਾਡਾ ਵੋਰਟੈਕਸ ਪੋਜ਼ਿਟਿਵ ਜੇ ਤੁਸੀਂ ਖੁਸ਼ ਹੁੰਦੇ ਹੋ ਉਦੋਂ ਤੁਹਾਨੂੰ ਕਿਤੇ ਵੀ ਜਾਣਾ ਕਿਤੇ ਵੀ ਨੱਚਣਾ ਗਾਣਾ ਮੁਸ਼ਕਿਲ ਨਹੀਂ ਲੱਗਦਾ ਮੰਨ ਲਓ ਤੁਹਾਡਾ ਮੂਡ ਆਫ ਹੈ ਤੇ ਤੁਸੀਂ ਕਿਸੇ ਪਾਰਟੀ ਤੇ ਜਾਂਦੇ ਨਾ ਤੇ ਤੁਹਾਨੂੰ ਨਾ ਮਿਊਜ਼ਿਕ ਚੰਗਾ ਲੱਗੂਗਾ ਨਾ ਨੱਚਦੇ ਹੋਏ ਲੋਕ ਤੁਹਾਨੂੰ ਲੱਗਾ ਕੀ ਕਰੀ ਜਾਂਦੇ ਆ ਯਾਰ ਕੋਈ ਕਹੂਗਾ ਨਾ ਆ ਜਾ ਨੱਚ ਲਿਆ ਕੋਈ ਮੇਰੀ ਤਾਂ ਲੱਤ ਦੁਖਦੀ ਮੇਰਾ ਤਾਂ ਸਿਰ ਦੁਖਦਾ ਔਰ ਐਕਚੁਅਲੀ ਜੋ ਦੁਖਣਾ ਸ਼ੁਰੂ ਹੋ ਜਾਂਦਾ ਕਿਉਂਕਿ ਤੁਸੀਂ ਵਾਈਬ੍ਰੇਸ਼ਨ ਕੀ ਛੱਡ ਰਹੇ ਹੈ ਨਾ ਪਰ ਉਹੀ ਜੇ ਕੋਈ ਐਮਰਜੈਂਸੀ ਸਟੇਟ ਹੋਵੇ ਜਾਂ ਹੈਪੀਨੈਸ ਹੋਵੇ ਜਾਂ ਤਾਂ ਐਮਰਜੈਂਸੀ ਜਾਂ ਹੈਪੀਨੈਸ ਫੋਰ ਐਗਜ਼ਾਮਪਲ ਮੰਨ ਲਓ ਤੁਹਾਡੀ ਲੱਤ ਦੁਖਦੀ ਹੈ ਤੁਸੀਂ ਬੜੇ ਹੌਲੀ ਹੌਲੀ ਤੁਰ ਰਹੇ ਹੋ ਪਰ ਰੱਬ ਨਾ ਕਰੇ ਉਸ ਵੇਲੇ ਤੁਹਾਡੇ ਪਿੱਛੇ ਕੁੱਤਾ ਪੈ ਜਾਏ ਦੌੜੋਗੇ ਕਿ ਨਹੀਂ ਦੌੜੋਗੇ ਓਬਵੀਅਸਲੀ ਦੌੜਾਂਗੇ ਕੈਪੇਬਿਲਿਟੀ ਹੈਗੀ ਹੈ ਐਮਰਜੈਂਸੀ ਜਾਂ ਫਿਰ ਹੈਪੀਨੈਸ ਇਹਨਾਂ ਦੋਨਾਂ ਟਾਈਮਸ ਦੇ ਵਿੱਚ ਨਾ ਤੁਸੀਂ ਮੈਜਿਕ ਕ੍ਰੀਏਟ ਕਰਦੇ ਹੋ ਠੀਕ ਹੈ ਤੇ ਹੁਣ ਜਦੋਂ ਐਮਰਜੈਂਸੀ ਪੈਂਦੀ ਹੈ ਲੋਕ ਡਾਕਟਰਸ ਕੋ ਆਉਂਦੇ ਆ ਸਾਈਕੋਲੋਜਿਸਟ ਕੋ ਆਉਂਦੇ ਆ ਸਪਿਰਿਚੁਅਲ ਲੋਕਾਂ ਕੋ ਆਉਂਦੇ ਆ ਉਹ ਐਮਰਜੈਂਸੀ ਹੈ ਨਾ ਫਿਰ ਉਹ ਕਹਿੰਦੇ ਅਸੀਂ ਆਹ ਲਾਈਫ ਚੇਂਜ ਕਰਨੀ ਹੈ ਜਿੱਦਾਂ ਮਰਜ਼ੀ ਕਰਨੀ ਹੈ ਉਦੋਂ ਕਰ ਲੈਂਦੇ ਆ ਜਾਂ ਫਿਰ ਜਦੋਂ ਅੰਦਰੋਂ ਹੈਪੀਨੈਸ ਕ੍ਰੀਏਟ ਹੁੰਦੀ ਹੈ ਕਿ ਯਾਰ ਮੈਂ ਬਹੁਤ ਕੁਛ ਕਰ ਸਕਦੀ ਹਾਂ ਤੇ ਮੈਨੂੰ ਆਪਣੇ ਆਪ ਨੂੰ ਥੋੜਾ ਪੁਸ਼ ਕਰਨਾ ਚਾਹੀਦਾ ਮੋਟੀਵੇਟ ਕਰਨਾ ਚਾਹੀਦਾ ਤਾਂ ਕਿ ਮੈਂ ਥੋੜਾ ਹੋਰ ਵਧੀਆ ਕਰਾਂ ਹੈਪੀਨੈਸ ਦੇ ਵਿੱਚ ਤੁਸੀਂ ਕਰ ਸਕਦੇ ਆ ਠੀਕ ਹੈ ਨਾ ਇਹ ਦੋ ਸਥਿਤੀਆਂ ਹੈ ਜਿੱਥੇ ਤੁਸੀਂ ਮੈਜਿਕ ਕ੍ਰੀਏਟ ਕਰ ਸਕਦੇ ਜਦੋਂ ਮੀਡੀਓਕਰ ਹੁੰਦਾ ਨਾ ਲੈਟ ਗੋ ਐਸਕੇਪ ਉੱਥੇ ਤੁਸੀਂ ਮੈਜਿਕ ਕ੍ਰੀਏਟਿੰਗ ਕਰ ਸਕਦੇ ਹੋ ਰਹਿ ਜਾਂਦਾ ਬੰਦਾ ਬਿਲਕੁਲ ਬਿਲਕੁਲ ਮਤਲਬ ਜੇ ਆਪਣੇ ਆਪ ਨੂੰ ਉੱਪਰ ਲੈ ਕੇ ਆਉਣਾ ਤੇ ਫਿਰ ਮੈਜਿਕ ਕ੍ਰੀਏਟ ਕਰਨਾ ਹੀ ਪੈਣਾ ਤੇ ਐਮਰਜੈਂਸੀ ਦੀ ਵੇਟ ਕਿਉਂ ਕਰਨੀ ਨਾ ਪਹਿਲੇ ਹੀ ਕ੍ਰੀਏਟ ਕਰ ਲਓ ਬਿਲਕੁਲ ਬਿਲਕੁਲ ਲਾਅ ਆਫ ਅਟਰੈਕਸ਼ਨ ਜਿਹੜਾ ਹੈ ਹਨਾ ਕਿ ਯੂਨੀਵਰਸ ਨੂੰ ਹਨਾ ਅਸੀਂ ਅਟਰੈਕਟ ਕਰਦੇ ਹਾਂ ਜਾਂ ਅਸੀਂ ਕੁਛ ਵੀ ਮੰਗਣਾ ਯੂਨੀਵਰਸ ਤੋਂ ਮੰਗੀਏ ਜੋ ਅਸੀਂ ਯੂਨੀਵਰਸ ਨੂੰ ਦਿੰਦੇ ਹਾਂ ਉਹ ਸਾਨੂੰ ਵਾਪਸ ਮਿਲਦਾ ਉਹਦੇ ਬਾਰੇ ਪਲੀਜ਼ ਥੋੜਾ ਜਿਹਾ ਜ਼ਰੂਰ ਦੱਸੋ ਲਾਅ ਆਫ ਅਟਰੈਕਸ਼ਨ ਮੇਰਾ ਬਹੁਤ ਫੇਵਰਟ ਸਬਜੈਕਟ ਹੈ ਮੇਰੀ ਕਿਤਾਬ ਲਾਅ ਆਫ ਅਟਰੈਕਸ਼ਨ ਤੇ ਹੈ ਹਿੰਦੀ ਦੇ ਵਿੱਚ ਔਰ ਆਪਣੀ ਬੁੱਕ ਦੇ ਬਾਰੇ ਵੀ ਪਲੀਜ਼ ਜ਼ਰੂਰ ਦੱਸੋ ਬਿਲਕੁਲ ਮੇਰੀ ਆਉਣ ਵਾਲੀ ਕਿਤਾਬ ਅੰਗਰੇਜ਼ੀ ਦੇ ਵਿੱਚ ਉਹ ਵੀ ਮੈਨੀਫੈਸਟੇਸ਼ਨ ਸਾਇੰਸਿਸ ਦੇ ਉੱਪਰ ਹੀ ਹੈ ਜਿਹੜੀ ਹਿੰਦੀ ਵਾਲੀ ਕਿਤਾਬ ਸੀ ਜਿਹੜੀ ਮੇਰੀ ਆਕਰਸ਼ਣ ਦਾ ਸਿਧਾਂਤ ਉਹ ਬਹੁਤ ਮੈਂ ਸਿੰਪਲ ਲੈਂਗੁਏਜ ਬਹੁਤ ਲੇਮੈਨ ਲੈਂਗੁਏਜ ਉਹ ਛੋਟੀ ਜਿਹੀ ਕਿਤਾਬ ਹੈ ਉਸ 'ਚ ਮੈਂ ਸਾਰੀਆਂ ਚੀਜ਼ਾਂ ਦੱਸਦੀ ਹਾਂ ਕਿ ਕਿਹੜੀਆਂ ਪ੍ਰੈਕਟਿਸਿਸ ਨਾਲ ਤੋਂ ਇਟਸ ਵੈਰੀ ਪ੍ਰੈਕਟੀਕਲ ਮੈਂ ਉਸ 'ਚ ਕਹਾਣੀਆਂ ਨਹੀਂ ਸੁਣਾਈਆਂ ਨਾ ਭੂਮਿਕਾ ਬੰਨੀ ਹੈ ਮੈਂ ਪ੍ਰੈਕਟੀਕੈਲਿਟੀ ਦੱਸੀ ਕਿ ਆਹ 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 ਟੈਕਨੀਕਸ ਕਰੋ ਅਤੇ ਤੁਸੀਂ ਲਾਈਫ ਚੇਂਜ ਕਰੋ ਮੈਨੀਫੈਸਟੇਸ਼ਨ ਵਾਲੀ ਜਿਹੜੀ ਮੇਰੀ ਕਿਤਾਬ ਆ ਰਹੀ ਹੈ ਉਹ ਮੈਂ ਬਹੁਤ ਡੀਪ ਜਾ ਕੇ ਉਹਦੇ 'ਚ ਕੰਮ ਕੀਤਾ ਸੋ ਆਈ ਹੈਵ ਐਕਚੁਲੀ ਐਕਸਪੀਰੀਅੰਸਡ ਐਂਡ ਲਿਵਡ ਲਾਅ ਆਫ ਅਟਰੈਕਸ਼ਨ ਇਨ ਮਾਈ ਲਾਈਫ ਤਾਂ ਮੈਨੂੰ ਲੱਗਦਾ ਉਹਦਾ ਮੇਰੇ ਤੋਂ ਵੱਡਾ ਕੋਈ ਭਗਤ ਲਾਅ ਆਫ ਅਟਰੈਕਸ਼ਨ ਤੁਹਾਨੂੰ ਸ਼ਾਇਦ ਹੀ ਮਿਲੇ ਕਿਉਂਕਿ ਮੈਂ ਸਿਖਾਉਣ ਲਈ ਜਾਂ ਪੜ੍ਹਾਉਣ ਲਈ ਜਾਂ ਕਿਸੇ ਨੂੰ ਐਕਸਪੈਰੀਮੈਂਟ ਕਰਨ ਲਈ ਨਹੀਂ ਕੀਤਾ ਸੀ ਆਊਟ ਆਫ ਨੀਡ ਕੀਤਾ ਸੀ ਹੈ ਨਾ ਐਂਡ ਇਟ ਰੀਲੀ ਵਰਕਡ ਸਿੰਪਲ ਇੱਕ ਟੈਕਨੀਕ ਜਿਹੜੀ ਲਾਅ
ਬਹੁਤ ਸਾਰੇ ਲੋਕ ਕਹਿੰਦੇ ਲਾਅ ਆਫ ਅਟ੍ਰੈਕਸ਼ਨ ਟੈਕਨੀਕਸ ਕੰਮ ਨਹੀਂ ਕਰਦੀਆਂ, ਪਤਾ ਕਿਉਂ ਨਹੀਂ ਕਰਦੀਆਂ? ਕਿਉਂਕਿ ਤੁਸੀਂ ਐਕਚੁਅਲੀ ਜੋ ਮੰਗ ਰਹੇ ਹੋ, ਵਿਸ਼ ਕਰ ਰਹੇ ਹੋ, ਤੁਸੀਂ ਅੰਦਰੋਂ ਚਾਹੁੰਦੇ ਹੀ ਨਹੀਂ ਹੋ, ਠੀਕ ਹੈ? ਫੋਰ ਐਗਜ਼ਾਮਪਲ, ਹਰ ਇਨਸਾਨ ਅਮੀਰ ਹੋਣਾ ਚਾਹੁੰਦਾ, ਹਰ ਇਨਸਾਨ ਚਾਹੁੰਦਾ ਕਿ ਮੈਂ ਮਹੀਨੇ ਦਾ 1 ਕਰੋੜ, 2 ਕਰੋੜ, 3 ਕਰੋੜ, 5 ਕਰੋੜ ਕਮਾਵਾਂ, ਠੀਕ ਹੈ? ਜਿੱਦਾਂ ਹੀ ਯੂਨੀਵਰਸ ਤੁਹਾਨੂੰ ਉਦਾਂ ਦੀਆਂ ਓਪਰਚੁਨਿਟੀਜ਼ ਦੇਣਾ ਸ਼ੁਰੂ ਕਰ ਦਿੰਦਾ, ਅਸੀਂ ਪਿੱਛੇ ਸਟੈਪ ਬੈਕ ਕਰਦੇ ਹਾਂ, ਕਿੱਦਾਂ ਸਾਨੂੰ ਲੱਗਦਾ ਅੱਛਾ ਜੇ ਮੇਰੀ ਯਾਰ ਇਨਕਮ ਇੰਨੀ ਹੋ ਗਈ ਫਿਰ ਤਾਂ ਟੈਕਸ ਵੀ ਦੇਣਾ ਪਊਗਾ, ਫਿਰ ਤਾਂ ਉਹ, ਫਿਰ ਤਾਂ ਸਵੇਰੇ ਜਲਦੀ ਉੱਠਣਾ ਪਊਗਾ, ਫਿਰ ਤਾਂ ਮੈਨੂੰ ਇੰਨੇ ਘੰਟੇ ਕੰਮ ਵੀ ਕਰਨਾ ਪਊਗਾ, ਫਿਰ ਤਾਂ ਉਹ ਅੱਛਾ, ਫਿਰ ਤਾਂ ਲੋਕ ਮੈਨੂੰ ਟ੍ਰੋਲ ਵੀ ਕਰਨਗੇ, ਫਿਰ 4 ਮੰਗਣ ਵਾਲੇ ਲੋਕ ਵੀ ਮੇਰੇ ਆਲੇ ਦੁਆਲੇ ਆ ਜਾਣਗੇ, ਫਿਰ ਰਿਸ਼ਤੇਦਾਰ ਵੀ ਮੇਰੇ ਨਾਲ ਪੈਸੇ ਦਾ ਰਿਸ਼ਤਾ ਰੱਖਣਗੇ, ਫਿਰ ਹਰ ਬੰਦਾ ਮੇਰੇ ਪੈਸੇ 'ਤੇ ਨਜ਼ਰ ਰੱਖੂਗਾ, ਅਸੀਂ ਨਾਲ ਹੀ ਨੈਗੇਟਿਵ ਥੋਟ ਵੀ ਕ੍ਰੀਏਟ ਕਰਨਾ ਸ਼ੁਰੂ ਕਰ ਦਿੰਦੇ ਹਾਂ, ਔਰ ਉਸ ਚੀਜ਼ ਨੂੰ ਫਿਰ ਆਪਣੇ ਤੋਂ ਪਿਛਾਇਆ ਹਾਂ ਤੱਕ ਦਿੰਦੇ ਜਦੋਂ ਵੀ ਤੁਸੀਂ ਕੋਈ ਵਿਸ਼ ਕ੍ਰੀਏਟ ਕਰਦੇ ਹੋ। ਦੇਖੋ ਹਰ ਇੱਕ ਚੰਗੀ ਚੀਜ਼ ਦੇ ਨਾਲ ਨਾ ਥੋੜੇ ਜਿਹੇ ਸਟਰਗਲਸ, ਥੋੜੇ ਜਿਹੇ ਚੈਲੇਂਜਸ ਵੀ ਆਉਂਦੇ ਆ। ਕੀ ਤੁਸੀਂ ਉਹਨਾਂ ਸਟਰਗਲਸ, ਉਹਨਾਂ ਚੈਲੇਂਜਸ ਲਈ ਰੈਡੀ ਹੋ? ਠੀਕ ਹੈ, ਮੈਂ ਕਰੋੜਪਤੀ ਬਣਨਾ, ਜੋ ਮਰਜ਼ੀ ਹੋ ਜਾਏ, ਭਾਵੇਂ ਦੁਨੀਆ ਮੈਨੂੰ ਕੁਛ ਵੀ ਕਵੇ, ਭਾਵੇਂ ਮੈਨੂੰ ਬਹੁਤ ਜ਼ਿਆਦਾ ਟੈਕਸ ਦੇਣਾ ਪਵੇ, ਭਾਵੇਂ ਮੈਨੂੰ ਸਵੇਰੇ 5 ਵਜੇ ਉੱਠਣਾ ਪਵੇ, ਭਾਵੇਂ ਮੈਨੂੰ ਸਾਰਾ ਸਾਰਾ ਦਿਨ ਕੰਮ ਕਰਨਾ ਪਵੇ, ਪਰ ਮੈਂ ਕਰੋੜਪਤੀ ਬਣਨਾ। ਜੇ ਇਹ ਥੋਟ ਹੈ ਨਾ, ਤੇ ਤੁਹਾਨੂੰ ਕਰੋੜਪਤੀ ਬਣਨ ਤੋਂ ਕੋਈ ਰੋਕ ਨਹੀਂ ਸਕਦਾ। ਸਾਰਾ ਇੰਡੀਆ ਕਰੋੜਪਤੀ ਬਣਨਾ ਚਾਹੁੰਦਾ, ਪਰ ਬੰਦੇ ਕਿੰਨੇ? ਜੇ ਇੱਦਾਂ ਹੋਵੇ ਨਾ ਕਿ ਲਾਅ ਆਫ ਅਟ੍ਰੈਕਸ਼ਨ ਕੰਮ ਕਰਦਾ ਕਿ ਤੁਸੀਂ ਜੋ ਕਿਹਾ ਉਹ ਮਿਲ ਗਿਆ, ਇੱਦਾਂ ਨਹੀਂ ਹੁੰਦਾ। ਐਫਰਟਸ ਪਾਉਣੇ ਪੈਂਦੇ ਆ, ਐਫਰਟਸ ਪਾਉਣੇ ਪੈਂਦੇ। ਤੁਸੀਂ ਐਨਰਜੀ ਕੀ ਕ੍ਰੀਏਟ ਕਰ ਰਹੇ ਹੋ? ਮੈਂ ਕਰੋੜਪਤੀ ਬਣਨਾ, ਉਹਦੇ ਨਾਲ ਮੈਂ ਟੈਨਸ਼ਨ ਕ੍ਰੀਏਟ ਕਰ ਰਹੀ ਹਾਂ ਕਿ ਯਾਰ ਕਰੋੜਪਤੀ ਪਹੁੰਚ ਤਾਂ ਜਾਊਂਗੀ ਬਾਅਦ ਚੋਂ, ਆਹ ਤਾਂ ਮੈਨੂੰ ਆਉਂਦਾ ਨਹੀਂ ਕਰਨਾ, ਉਹ ਤਾਂ ਮੈਨੂੰ ਆਉਂਦਾ ਨਹੀਂ ਕਰਨਾ, ਹੈ ਨਾ? 100% ਨਹੀਂ ਦੇ ਰਹੇ ਆਪਣਾ। ਹਾਂ, ਫਿਰ ਇੱਕ ਨਹੀਂ, ਪਰ ਜੇ ਮੈਂ ਇੰਨਾ ਪੈਸਾ ਕਮਾਉਣ ਲੱਗ ਪਿਆ, ਫਿਰ ਮੇਰੇ ਕੋਲ ਆਪਣੇ ਦੋਸਤਾਂ ਲਈ ਸਮਾਂ ਨਹੀਂ ਬਚਣਾ, ਫਿਰ ਮੇਰੇ ਕੋਲ ਆਪਣੀ ਫੈਮਿਲੀ ਨਹੀਂ, ਅਸੀਂ ਨਾਲ ਹੀ ਓਪੋਜ਼ਿਟ ਥੋਟਸ ਵੀ ਕ੍ਰੀਏਟ ਕਰ ਰਹੇ ਹਾਂ। ਔਰ ਸਿਰਫ ਥੋਟ ਨਹੀਂ ਕ੍ਰੀਏਟ ਕਰ ਰਹੇ, ਮੈਂ ਪਹਿਲਾਂ ਵੀ ਕੀ ਕਿਹਾ, ਥੋਟ ਕਦੇ ਇੱਦਾਂ ਬਲੈਂਕ ਨਹੀਂ ਹੁੰਦੇ, ਥੋਟ ਹਮੇਸ਼ਾ ਪਿਕਚਰ 'ਚ ਹੁੰਦੇ, ਪਿਕਚਰ 'ਚ ਹੁੰਦੇ, ਠੀਕ ਹੈ? ਤੁਸੀਂ ਨਾਲ ਹੀ ਵਾਈਬ੍ਰੇਸ਼ਨ, ਫਿਰ ਨਾਲ ਤੁਹਾਡੀਆਂ ਫੀਲਿੰਗਸ ਵੀ ਹੁੰਦੀਆਂ। ਤੁਸੀਂ ਵਾਈਬ੍ਰੇਸ਼ਨ ਵੀ ਡਰ ਨਹੀਂ, ਡਾਊਟ ਨਹੀਂ, ਹੈ ਨਾ? ਉਹ ਨਹੀਂ ਵਾਲੀ ਪਿਕਚਰ ਜਿਹੜੀ ਹੈ ਉਹ ਕ੍ਰੀਏਟ ਹੋਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ? ਕਿ ਤੁਸੀਂ ਪਾਰਟੀ ਤੇ ਨਹੀਂ ਜਾ ਪਾ ਰਹੇ, ਪਰ ਇਦਾਂ ਨਹੀਂ ਹੋਊਗਾ, ਮਿਹਨਤ ਕਰ ਰਹੇ ਪੂਰਾ ਪੂਰਾ ਦਿਨ, ਉਹ ਚੀਜ਼ ਵਿਲ ਬੀ ਡਿਫਿਕਲਟ। ਹਰ ਬੱਚਾ ਫਸਟ ਆਉਣਾ ਚਾਹੁੰਦਾ, ਪਰ ਜੇ ਉਹਨੂੰ ਕਹੋਗੇ ਠੀਕ ਹੈ ਇਸ ਵੇਲੇ ਤਾਂ ਫਸਟ ਆ ਜਾਏਗਾ, ਪੂਰੇ ਮਨ ਲਾ ਕੇ ਮਿਹਨਤ ਕਰ ਰਹੇ, ਫਿਰ ਲੋਕ ਨਹੀਂ ਹੋ, ਰਾਤੀ ਵੀ ਜਾਗਣਾ ਪਊਗਾ, ਨੇਰਾ ਆਉਂਦੇ, ਉਹ ਨੈਟਫਲਿਕਸ ਛੱਡਣਾ ਪਊਗਾ, ਗੇਮਿੰਗ ਛੱਡਣੀ ਪਊਗੀ, ਫੋਨ ਬੰਦ ਕਰਨਾ, ਰਹਿਣ ਦੋ ਛੱਡੋ ਪਰਾਂ, ਕੋਈ ਨਹੀਂ 60% ਹੀ ਠੀਕ ਹੈ। ਫਿਰ ਅਸੀਂ ਨੈਕਸਟ ਥੋਟ ਆ ਕ੍ਰੀਏਟ ਕਰਦੇ ਹਾਂ, ਫਿਰ ਅਸੀਂ ਕਹਿੰਦੇ ਮੈਂ ਤਾਂ ਸੋਚਿਆ ਸੀ, ਮੈਂ ਤਾਂ 4 ਵਾਰੀ ਲਿਖਿਆ ਵੀ ਸੀ ਕਾਪੀ ਤੇ, ਆਈ ਵਾਂਟ ਟੂ ਸਟੂਡ ਫਸਟ ਇਨ ਮਾਈ ਸਟੈਂਡ ਫਰ, ਹੈਨਾ, ਇਨ ਮਾਈ ਕਲਾਸ। ਗੱਲ ਨਹੀਂ ਬਣਨੀ, ਗੱਲ ਉਦੋਂ ਬਣਨੀ ਹੈ ਜਦੋਂ ਤੁਹਾਡੇ ਸ਼ਬਦ, ਤੁਹਾਡੇ ਥੋਟ, ਤੁਹਾਡੇ ਫੀਲਿੰਗ ਸਾਰੇ ਅਲਾਈਨਮੈਂਟ, ਤੁਹਾਡੀ ਬਾਡੀ, ਤੁਹਾਡਾ ਮਾਈਂਡ, ਤੁਹਾਡੀ ਸੋਲ ਇਨ ਅਲਾਈਨਮੈਂਟ। ਉਹ ਕਹਿੰਦੇ ਨਾ ਕਿ ਜਬ ਕਿਸੀ ਚੀਜ਼ ਕੋ ਸ਼ਿੱਦਤ ਸੇ ਚਾਹੋ ਤੋ ਪੂਰੀ ਕਾਇਨਾਤ ਉਸਕੋ ਮਿਲ ਜਾਤੀ ਹੈ, ਤੋ ਉਹ ਸ਼ਿੱਦਤ ਕਿਆ ਹੈ? ਉਹ ਸ਼ਿੱਦਤ ਆਪਕੀ ਫੀਲਿੰਗ ਹੈ, ਠੀਕ ਹੈ? ਜਬ ਆਪ ਵੋ ਫੀਲਿੰਗ, ਉਹ ਸ਼ਿੱਦਤ ਕ੍ਰੀਏਟ ਕਰੋਗੇ ਨਾ ਅੰਦਰ ਸੇ, ਤਬ ਫਿਰ ਕਾਇਨਾਤ ਆਪਕੋ ਹੈਲਪ ਕਰੇਗੀ। ਬਿਲਕੁਲ, ਉਹ ਲਿਖਣ ਦੇ ਨਾਲ ਕਾਇਨਾਤ ਤੇ ਕੋਈ ਹੈਲਪ ਨਹੀਂ ਕਰਨੀ ਹੈਗੀ, ਤੁਹਾਨੂੰ ਸ਼ਿੱਦਤ ਦਿਖਾਣੀ ਪੈਣੀ ਹੈ। ਸ਼ਿੱਦਤ ਕਿੱਦਾਂ ਦਿਖਾਣੀ ਪੈਣੀ ਹੈ? ਆਪਣੀ ਵਾਈਬ੍ਰੇਸ਼ਨ ਦੇ ਜ਼ਰੀਏ, ਉਹ ਜੋਸ਼, ਉਹ ਜਜ਼ਬਾ, ਉਹ ਹੈ ਨਾ, ਉਹ ਇੰਟਰਨਲ ਹੈਪੀਨੈਸ ਕਿ ਤੁਸੀਂ ਉਸ ਥੋਟ ਬਾਰੇ ਸੋਚਦੇ ਹੋ ਤੇ ਤੁਹਾਡਾ ਚਿਹਰੇ ਤੇ ਮੁਸਕਾਨ ਆ ਜਾਂਦੀ, ਤਾਂ ਲੱਗਦਾ ਓਹ ਦਿਸ ਇਜ਼ ਵਾਟ ਆਈ ਐਮ ਹੇਅਰ ਫੋਰ, ਦੈਨ ਯੂ ਵਿਲ ਬੀ ਏਬਲ ਟੂ ਡੂ ਦੈਟ। ਫਿਰ ਯੂਨੀਵਰਸ ਤੁਹਾਡੇ ਲਈ ਰਾਹ ਖੋਲਣੇ ਸ਼ੁਰੂ ਕਰ ਦਿੰਦਾ। ਬਟ that we have to be aligned with your goals. Aur alignment se naal ek aur cheez hundi ki numbers jehde ne bahut vari main dekha ki 11 11 12 12 hai na 10 10 matlab tusi ek vari dekhe theek hai tanu fir dikh gaya matlab eh vi koi sign hunda bilkul dekho just pe do cheezan ek hai chaos ek hai alignment most of the time jadon apa chaos ch jee rahe hunde na te sanu ਕਿਓਸ ਵਾਲੀਆਂ ਚੀਜ਼ਾਂ ਹੀ ਅਟਰੈਕਟ ਕਰਨਗੀਆਂ। ਮੰਨ ਲਓ ਤੁਸੀਂ ਬਹੁਤ ਦੁਖੀ ਹੋ ਨਾ, ਜਾਂ ਆਪਣੇ ਸਰੀਰ ਤੋਂ ਖੁਸ਼ੀ ਨਹੀਂ, ਤਾਂ ਤੁਹਾਨੂੰ ਬਿਮਾਰ ਲੋਕ ਦਿਖਣਗੇ, ਡਾਕਟਰ ਦਿਖਣਗੇ, ਹਸਪਤਾਲ ਦਿਖਣਗੇ, ਠੀਕ ਹੈ? ਤੁਸੀਂ ਮਨ 'ਚ ਕਿਸੇ ਦਿਨ ਸੋਚ ਲਓ ਕਿ ਯਾਰ ਮੈਂ ਨਾ ਛੁੱਟੀਆਂ 'ਤੇ ਜਾਣਾ ਹੈ, ਇਸ ਵੇਲੇ ਨਾ ਮੈਂ ਕੋਈ ਵਧੀਆ ਹੋਲੀਡੇ, ਤੁਹਾਨੂੰ ਆਪਣੇ ਆਪ ਲੋਕ ਤੁਹਾਨੂੰ ਗੱਲਾਂ ਕਰ ਲੱਪਣੇ, ਅੱਛਾ ਮੈਂ ਨਾ ਗੋਆ ਗਈ ਸੀ, ਕੋਈ ਉਹ ਇੱਕ ਨਵੀਂ ਜਗ੍ਹਾ ਲੱਭੀ ਹੈ ਜੋ ਹਿਮਾਚਲ 'ਚ ਬਹੁਤ ਵਧੀਆ ਹੈ, ਉਹ ਹੋਟਲ ਲੱਭਿਆ ਨਵਾਂ, ਬੜਾ ਹੀ ਸਸਤਾ ਹੈ, ਫਲਾਈਟ ਟਿਕਟ ਸਸਤੀਆਂ ਹੋ ਗਈਆਂ, ਤੁਹਾਨੂੰ ਹਰ ਪਾਸਿਓਂ, ਕਿਉਂਕਿ ਮੈਂ ਪਹਿਲਾਂ ਕੀ ਕਿਹਾ, ਵੇਅਰ ਐਵਰ ਯੂਅਰ ਫੋਕਸ ਗੋਜ਼ ਐਨਰਜੀ ਫਲੋਜ਼। ਜਦੋਂ ਤੁਸੀਂ ਅਲਾਈਨਮੈਂਟ 'ਚ ਆ ਜਾਂਦੇ ਹੋ, ਤੁਹਾਨੂੰ ਅਲਾਈਨਮੈਂਟ ਵਾਲੀਆਂ ਚੀਜ਼ਾਂ ਨਜ਼ਰ ਆਉਣ ਲੱਗਣਗੀਆਂ, ਜਿੱਦਾਂ 1 2 3 4 ਇੱਕ ਅਲਾਈਨਮੈਂਟ ਹੈ, 1 1 1 1 ਅਲਾਈਨਮੈਂਟ ਹੈ, ਉਹੀ 2 6 9 5 ਮਤਲਬ ਅਸੀਂ ਜੋ ਅਸੀਂ ਸੋਚਦੇ ਹਾਂ ਉਹੀ ਚੀਜ਼ ਅਸੀਂ ਆਪਣੇ ਆਸ ਪਾਸ ਕ੍ਰੀਏਟ ਕਰਦੇ ਹਾਂ, ਕ੍ਰੀਏਟ ਨਹੀਂ ਕਰਦੇ, ਉਹ ਚੀਜ਼ਾਂ ਆਲਰੇਡੀ ਸੀਗੀਆਂ, ਤੁਹਾਡਾ ਧਿਆਨ ਉੱਧਰ ਜਾਣਾ ਸ਼ੁਰੂ ਹੁੰਦਾ, ਫੋਕਸ ਅਸੀਂ ਬਾਅਦ ਦੇ ਵਿੱਚ ਕਰਨਾ ਸ਼ੁਰੂ ਕਰਦੇ, ਪਹਿਲਾਂ ਧਿਆਨ ਨਹੀਂ ਦਿੰਦੇ ਸੀਗੀਆਂ ਲੋਕ, ਅੱਗੇ ਵੀ ਤੁਹਾਨੂੰ ਦੱਸਦੇ, ਮੈਂ ਤੁਹਾਡਾ ਮਨ ਨਹੀਂ ਹੈ ਛੁੱਟੀਆਂ ਜਾਣ ਦਾ, ਜਾਂ ਤੁਹਾਨੂੰ ਛੁੱਟੀ ਮਿਲ ਨਹੀਂ ਰਹੀ, ਜਾਂ ਤੁਹਾਡਾ ਕੋਈ ਹੈ ਹੀ ਨਹੀਂ ਕਿ ਮੈਂ ਹਲੇ ਕਿਤੇ ਜਾਣਾ ਹੈ, ਮੇਰੇ ਕੋਲ ਹਲੇ ਬਜਟ ਨਹੀਂ ਹੈਗਾ, ਤੁਹਾਨੂੰ 4 ਜਣੇ ਆ ਕੇ ਦੱਸ ਜਾਣ ਕਿ ਮੈਂ ਉੱਥੇ ਗਿਆ ਉੱਥੇ ਗਿਆ, ਆਪਾਂ ਸੁਣਦੇ ਹੀ ਨਹੀਂ, ਪਰ ਜਦੋਂ ਮੇਰਾ ਮਨ ਪ੍ਰਪੇਅਰ ਹੋ ਗਿਆ ਹੋਲੀਡੇਜ਼ ਲਈ, ਕਿਸੇ ਨੇ ਮਾੜੀ ਜਿਹੀ ਗੱਲ ਕੀਤੀ ਨਾ, ਹੋਲੀਡੇਜ਼ ਤੁਹਾਡੇ
है ना, बेसिकली की है चीजा ऑलरेडी, नंबर ऑलरेडी उधर सी, थोड़ा फोकस नहीं सीगा, थोड़ा ध्यान नहीं सीगा, दिखता भी सी इग्नोर कर देंदे सी, उड़दी उड़दी नजर मारते सी, ठीक है, बिल्कुल, दैट्स वॉट इट इज, वेन यू कम इन टू अलाइनमेंट थोनू चीजा भी अलाइंड नजर आनी शुरू हो, सो दैट्स ऑल्सो साइकोलॉजी प्लस स्पिरिचुअलिटी, सो बहुत लोग कहते हैं यूनिवर्सल सिंबल भी होंगे थोड़ा दसन लिये कि हाँ यू आर ऑन द राइट पाथ, यू आर इन अलाइनमेंट, है ना। सो मैम प्लीज जाते जाते एक टिप इदा दी देके जाओ कि मतलब सारिया के काम भी आवे और फायदा भी हो, कि असी पॉजिटिव जिहड़ा है और रहना किदा है। बिल्कुल, सो एक ऐसी टिप जिहड़ी बहुत सदियां तो साडे धर्म साडी सोसाइटी चंगे लोग सानू सिखाते रहे हैं, साडे वड्डे वडेरे भी सानू सिखाते रहे हैं, और एक ऐसी टेक्निक है जिहड़ी तुसी अपने बच्चों च भी इनकलकेट कर सकते हो, एंड दैट इज ग्रैटीट्यूड। जदों तुसी ग्रेटफुल रहना शुरू कर दिंदे हो, आई वुड से कि ग्रेटफुल होना लिखना भी शुरू कर दो, हर रात सौन तो पहला एक डायरी लाओ जिथे जो भी थोड़ी जिंदगी च चंगा होया, जो भी चंगा होया उहदे लई यूनिवर्स नू जिन्हों तुसी मानते हो थोड़े देवी देवता वट एवर थैंक्स करो, ठीक है। तो जो तुसी रोज 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 उस पास एनर्जी लाओगे ना, ग्रेटफुल असी कदों होंने जो असी किसी ऐसी चीज बारे सोचते हैं जिदे साडी लाइफ फुलफिलमेंट लियांदी, ठीक है। हुण जो तुसी ग्रैटीट्यूड वाला वॉटेक्स क्रिएट करोगे, फुलफिलमेंट वाला वॉटेक्स क्रिएट करोगे, तो की अट्रैक्ट करोगे वो चीजा जो लाइफ च हैप्पीनेस फुलफिलमेंट लेके आएंगी, ठीक है। बहुत बारी लोग पूछते हैं कि मैम अगर कुछ ऐसा हो ही ना जिसके लिए ग्रेटफुल हो, कदे सोच के देखो रब ना करे थोड़े घर पानी ना आंदा हो, पता लगता ना उस दिन जिस दिन पानी ना हो या लाइट ना हो, तो जो पानी आ रहा है अबंडेंटली पानी हैगा, अबंडेंटली खाना हैगा, दो सब्जियां रोटी खा रहे हैं, थोड़े को गड्डी है, गड्डी नहीं है, स्कूटर स्कूटर नहीं है, साइकिल है, कुछ तो है, ठीक है। हर एक चीज ग्रेटफुल एक और चीज है कि हर एक सा, ठीक है ना, सानू पता ही नहीं कि कदों किन्ने साह लिखी है, किन्ने साह बंद हो जाने, ते आज दा पूरा दिन मैं जिया, ए भी ता एदे वास्ते ता ग्रेटिट्यूड देना चाहिदा ना। एंड जे तुसी वड्डा सोचन ते लगो ता बहुत सारी चीजा, यू हैव अ पेन, जिस दिन मान लो तुहाडा पेपर च पेन खत्म हो गया, किन्नी प्रॉब्लम है, ते तुसी अपना पूरा पेपर बड़े टाइम दे उते बड़ी सोहनी राइटिंग च खत्म किया, दैट हैज टू ऑलसो बी इन योर थैंक यू करना बंदा, बिल्कुल। तुसी बहुत ईजीली कि जा पाए, कि डेस्टिनेशन ते पहुंच पाए, किसी नवे बंदे मिले, किसी ने थोड़ी हेल्प की, किसी ने थोड़ा राह दसिया, सो मेनी थिंग्स, है ना। सो बच्चों तो लैके वे तक एक ग्रैटीट्यूड बुकलेट, ग्रैटीट्यूड डायरी हर इंसान को होनी चाहिए है। मैं लगता है जो तुम ये कर लग पे ना, एक साल बाद जो तुम अपनी जिंदगी देखोगे ना, तो बहुत वड्डा चेंज देखोगे, उसके विच सानू पॉजिटिविटी ज्यादा मिलेगी, क्योंकि सानू ओही लोग याद रहेंगे जिन्होंने चंगा किया, एग्जैक्टली, और नेगेटिव दे उहदे विच किते होणगे ही नहीं लोग, बिल्कुल बिल्कुल, नहीं तो असीं कमियां लभदे रहने हां, उहने मेरे नाल आ कीता, उहने मेरे नाल आ कीता, और साडे कोल सिर्फ ते सिर्फ ओह चीजां होणगीयां जिन्हां तों सानू हैप्पीनेस मिली, साडी मैमरी, इट विल बी आवर ट्रेजर, अच्छीआं वालीआं मैमरीज, बिल्कुल बिल्कुल। ए देखो दिस इज अ सिंपलेस्ट टेक्निक जरा, बिना किसी काउंसलर को जाए, बिना किसी मोटिवेटर को जाए, तुसी यू नो यूज कर सकते हो, चीज और चेंज ले सकते हो। बट हैविंग सेड दैट, जदों थानू ये लगे कि शायद मेरा मन, शायद मैं एंगजाइटी वल वध रहा है, शायद मेरा मन डोल रहा है, शायद मैं इस तो बेहतर कुछ कर सकता है, एमरजेंसी की वेट ना करो, फाइंड अ कोच, फाइंड अ मेंटर, फाइंड अ काउंसलर, गो टॉक योर हार्ट आउट, एंड कुछ टेक्निक्स जिहड़ियां इजीली तुसी अवेल कर सकदे हो वो करो, एंड सी द चेंज, डेफिनेटली। एंड मैं बिल्कुल जी इत्थे एंड करांगी, क्योंकि मैम ने ग्रैटिट्यूड दी गल कीती, एंड आई एम ग्रेटफुल टू यू कि तुसी इत्थे आए और साडा दिन बनाया, थैंक यू, सो थैंक यू सो मच मैम। जसप्रीत मेरे अज दी रात दी ग्रैटिट्यूड लिस्ट विच तुहाडा नाम भी शामिल हो गया, सो थैंक्स टू यू एज़ वेल, थैंक यू सो मच। सो इस दे नाल ही इजाजत दियो सानू, मिलांगे अगली बारी एक नवे पॉडकास्ट दे नाल।